ਆਓ ਬਾਈ ਕਿੱਦਾਂ ਲੋ ਲੋ ਇਹ ਕਿਹੜਾ ਇੱਧਰ ਲੱਗੋ ਜਿਹੜਾ ਸੁਣ ਬਾਈ ਇੱਧਰ ਲੱਗੋ ਬਾਈ ਉਹਨਾਂ ਨਹੀਂ ਪਰ ਚੱਲ ਲੈ ਮੈਂ ਤਾਂ ਸਾਡੀ ਵਾਲੇ ਪਾਸੇ ਜਾਵਾਂ ਜਿਹੜਾ ਇੱਕ ਆਹ ਬੈਡਸ਼ੀਟ ਕੀ ਰੇਟ ਦੀ ਆ ਆਹ ਆ ਗਈ ਡਬਲ ਬੈਡ ਦੀ ਬੈਡਸ਼ੀਟ ਦੋ ਆ ਗਏ ਕੁਸ਼ਨ ਭਰੇ ਭਰਾਏ ਦੋ ਆ ਗਏ ਪਿੱਲੋ ਕਵਰ ਆਹ ਪਿੱਲੋ ਕਵਰ ਦੋ ਇਹ ਗਿਫਟ ਕਰਨ ਵਾਸਤੇ ਬਰੈਡੀ ਬਹੁਤ ਸ਼ਾਨਦਾਰ ਆ ਆਰਟੀਕਲ ਬੜਾ ਸੋਹਣਾ ਆ ਏਦਾਂ ਬੈਗ ਚ ਪਾ ਕੇ ਦਾਜ ਬਰੀਆਂ ਨੂੰ ਮਿਲੀਆਂ ਨੂੰ ਬੁਲਾਣੇ ਹੋਣੇ ਬਹੁਤ ਸੋਹਣੀ ਵਰਾਇਟੀ ਆ ਕੰਬਲਾਂ ਨਾਲੋਂ ਹਟ ਕੇ ਵਰਾਇਟੀ ਵੈਸੇ ਇਹਦਾ ਰੇਟ ਹੋ ਗਿਆ 1000 ਪਲੱਸ ਆਪਾਂ ਤੁਹਾਨੂੰ 1500 ਦੇ ਦੋ ਦੇ ਦੇਣੀ ਆ ਡਬਲ ਬੈਡ ਦੀ ਚਾਦਰ ਦੋ ਕੁਸ਼ਨ ਭਰੇ ਭਰਾਏ ਵਿਦ ਕਵਰ ਵਿਦ ਪਿੱਲੋ ਫਿਲਿੰਗ ਵਾਲੇ ਕੁਸ਼ਨ ਭਰੇ ਭਰਾਏ ਦੇਣੇ ਭਰੇ ਭਰਾਏ ਤੇ ਸਾਈਜ਼ ਵੀ ਵੱਡਾ ਇਹ ਨੀ ਗੱਦੀ ਛੋਟੀ ਹੋ ਗਈ ਵੱਡਾ ਸਾਈਜ਼ ਗੱਦੀ ਦਾ 1500 ਦੀਆਂ ਦੋ ਇੱਕ ਆ ਤੇ ਇੱਕ ਆ ਦੋ ਤਾਂ ਵੀ ਆਸ਼ੂ ਦੀ ਹੱਟੀ ਲੋਣ ਕਮੇਲੇ ਲੱਗੀ ਹੋਏ ਆ ਜਿੱਦਾਂ ਦੀ ਮਰਜ਼ੀ ਹਰ ਤਰ੍ਹਾਂ ਦੀ ਬਰੈਡੀ ਅਵੇਲੇਬਲ ਹਰ ਤਰ੍ਹਾਂ ਦੀ ਬਰੈਡੀ ਤੁਸੀਂ ਕਾਟਨ ਦੇ ਸੂਟ ਲੈ ਲਓ ਸਿੰਥੈਟਿਕ ਲੈ ਲਓ ਮੋਟੇ ਗਰਮ ਲੈ ਲਓ ਬੈਲ
ਇੱਕੋ ਪੀਸ ਰਹਿ ਗਿਆ, ਵਨ ਪੀਸ, ਵਨ ਪੀਸ ਰਹਿੰਦਾ ਜੀ। 750 ਰੁਪਏ ਦੇਣਾ ਇਹਨੂੰ, ਡਬਲ ਬੈਡ ਦਾ ਕੰਬਲ ਸਿਰਫ 750 ਰੁਪਏ ਦੇ ਵਿੱਚ, ਵੱਡਾ ਸਹਿਜ ਕਿੰਗ ਸਹਿਜ ਡਬਲ ਬੈਡ ਦਾ ਬਲੈਂਕਿਟ ਸਿਰਫ 750 ਰੁਪਏ 'ਚ। ਬਾਕੀ ਸਟੋਕ ਆਏ ਨਾ ਹੋਰ, ਇਸ ਟਾਈਮ ਇੱਕੋ ਪੀਸ ਪਿਆ ਵਾ, ਸਿਰਫ 750, ਨਵਾਂ ਸਟੋਕ ਨਵੇਂ ਰੇਟਾਂ ਦੇ ਨਾਲ, ਆਹ ਵਾਲਾ ਪੀਸ ਸਿਰਫ ਤੁਹਾਨੂੰ 750 ਰੁਪਏ ਦੇ ਵਿੱਚ। ਧੰਨਵਾਦ ਜੀ। ਕਾਫੀ ਖੋਲਦੇ ਹੁਣ ਚੱਲ ਕੌਫੀ, ਇਹ ਜਾਂਦੇ ਪਏ ਸਾਲੀਆਂ ਦੇ ਪਾਸੇ। ਕੋਲ ਵੀ 646। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹਨੂੰ ਕਹਿੰਦੇ ਵੱਡਾ ਕਿੰਗ ਸਹਿਜ ਦਾ ਕੰਬਲ, ਸੁਪਰ ਕਿੰਗ ਸਹਿਜ ਜੀ ਕੰਬਲ ਦੇ ਵਿੱਚ ਵੀ। ਬੈਡਸ਼ੀਟਾਂ 'ਚ ਡਬਲ ਬੈਡ ਦਾ ਕੰਬਲ ਦੇਖਿਆ ਹੋਊਗਾ, ਬੈਡਸ਼ੀਟਾਂ ਵਿੱਚ ਸੁਪਰ ਕਿੰਗ, ਹੁਣ ਡਬਲ ਬੈਡ ਦੇ ਵਿੱਚ ਵੀ ਸੁਪਰ ਕਿੰਗ ਸਹਿਜ ਆ ਚੁੱਕਾ ਆ। ਬ੍ਰੈਂਡ ਕਿਹੜਾ? ਟਿਟਲਿਸ ਦਾ, ਲਾਈਓ ਟਿਟਲਿਸ, ਲਓ ਜੀ ਟਿਟਲਿਸ। ਤੇ ਪੀਸ ਹੈਗੇ ਆ ਦੋ, ਟੋਟਲ ਪੀਸ ਹੈਗੇ ਚਾਰ, ਟੋਟਲ ਚਾਰ ਪੀਸ ਆ ਜੀ। ਇੱਕ ਆਹ ਰੰਗ ਹੋ ਗਿਆ, ਕੌਫੀ ਹੋ ਗਿਆ ਦੋ, ਤੇ ਆ ਲਓ ਜੀ ਤਿੰਨ, ਪੰਜ ਵੀ ਦਾ ਪੰਜ, ਆ ਦੋ ਸੇਮ ਹੀ ਹੋ ਗਏ, ਨਹੀਂ ਫਰਕ ਅੜੀ ਜਾਂਦਾ, ਰੰਗ ਮਿਲਦਾ ਮਿਲਦਾ ਅੜੀ ਜਾਂਦਾ ਫਰਕ ਆ। ਤਿੰਨ ਲਓ ਜੀ, ਚਾਰ, ਕਲਰ ਕਿੰਨਾ ਸ਼ਾਨਦਾਰ, ਫਟਕਾ ਨਹੀਂ ਵੱਜਣਾ ਇੰਨਾ ਭਾਰਾ ਕੰਬਲ ਆ। ਚਾਰ ਇੱਕ ਪੰਜ, ਲਓ ਜੀ ਆਫਰ ਲਾ ਲੈਣੀ ਆ 50 ਕੰਬਲਾਂ ਦੇ ਉੱਪਰ। ਇੱਕ ਕੰਬਲ 2500 ਰੁਪਏ ਦਾ, ਕਿੰਨੇ ਦੇ ਬਣ ਗਏ? ਪੰਜ 12,500 ਦੇ, ਅਤੇ ਆਪਾਂ ਤੁਹਾਨੂੰ 50 ਕੰਬਲ 5000 ਦੇ ਦੇਣੇ ਆ ਅੱਜ ਦੇ ਦਿਨ। ਪੰਜ ਦੇ ਪੰਜ ਕੰਬਲ
ਸਿਰਫ 5000 ਰੁਪਏ ਵਿੱਚ ਜੀ। ਨਹੀਂ ਨਹੀਂ 5000, 6000 ਨਹੀਂ, 5000 ਹੀ ਲੈਣਾ। 50 ਕੰਬਲਾਂ ਦਾ 5000 ਰੁਪਇਆ, ਇੱਕ 2500 ਰੁਪਏ ਦਾ। ਹੁਣ ਦੇਖ ਲਓ ਤੁਹਾਡਾ ਕਿੰਨਾ ਫਾਇਦਾ ਹੋ ਰਿਹਾ, 7500 ਰੁਪਏ ਦਾ ਫਾਇਦਾ ਹੋ ਰਿਹਾ, 7500 ਰੁਪਏ ਦਾ ਫਾਇਦਾ, ਉਹ ਵੀ ਬੰਗਾ ਰੋਡ ਆਸ਼ੂਟੀ ਦੇ। ਆਓ ਚੱਲੀਏ ਰੈਡੀ ਸਾੜੀਆਂ ਦੇ ਪੁੱਛਣ ਚ, ਜੇ ਰੇਂਜ ਨਾ ਟੁੱਟੇ। ਅਲਟੀਮੇਟ ਵੀ ਸਹੀ, ਅਲਟੀਮੇਟ ਸਾੜੀਆਂ ਤੁਹਾਨੂੰ ਇੱਦਾਂ ਦੀ ਵਰਾਇਟੀ ਦੇ ਦਾਂਗੇ ਜਿਹੜੀਆਂ ਤੁਸੀਂ ਨਾ ਦੇਖੀਆਂ ਹੋਣੀਆਂ ਤੇ ਨਾ ਹੀ ਤੁਹਾਨੂੰ ਮਿਲਣੀਆਂ ਆ। ਬਿਲਕੁਲ ਨਵੇਂ ਆਰਟੀਕਲ, ਆਸ਼ੂ ਦੀ ਹੱਟੀ, ਬੰਗਾ ਰੋਡ, ਫਗਵਾੜੇ ਦੀ। ਟੂ ਟੋਨ ਦੇ ਵਿੱਚ ਸਾੜੀ ਹੈ, ਡਬਲ ਸ਼ੇਡ ਦੇ ਵਿੱਚ। ਆਹ ਪਾਸਾ ਨੀਚੇ ਕਰ ਦੋ ਏਦਾਂ, ਲੋ ਜੀ ਲੁੱਟਣ ਨਹੀਂ ਜਾ ਰਹੇ ਸਾੜੀਆਂ ਦੇ। ਆ ਗਈ ਸਾੜੀ ਪੂਰੀ ਹੈ ਵੀ, ਆ ਗਿਆ ਬਲਾਊਜ਼, ਸਿੱਪੀ ਵਰਕ ਦੇ ਵਿੱਚ ਜੀ, ਬਲਾਊਜ਼ ਪੀਸ ਇਹਦਾ ਬਹੁਤ ਜੀ, ਉਸ ਤੋਂ ਵੀ ਅਲਟੀਮੇਟ ਕੋਈ ਵਰਕ ਕਿੰਨਾ ਪਿਆਰਾ ਹੋਇਆ, ਹੈਂਡ ਵਰਕ ਦੇ ਨਾਲ, ਹੈਂਡ ਵਰਕ ਲੋ ਜੀ ਆ ਗਿਆ ਭਾਜੀ, ਚਰੀ ਦੇ ਉੱਤੇ ਗੋਲਡਨ ਕਲਰ ਦੇ ਵਿਚ ਅਲਟੀਮੇਟ ਆਰਟੀਕਲ ਜੀ, ਅਲਟੀਮੇਟ। ਕੱਪੜਾ ਕਿਹੜਾ? ਰੋਲ ਸਿਲਕ, ਰੋਲ ਸਿਲਕ ਦੇ ਵਿਚ ਭਾਈ। ਪ੍ਰਾਈਸ ਬੋਲੋ ਇਹਦਾ ਕੀ ਆ? ਜਿਹੜੇ ਸਾੜੀਆਂ ਪਾਉਣ ਦਾ ਸ਼ੌਕੀਨ ਰੱਖਦੇ ਆ ਉਹ ਅੱਜ ਦਾ ਲਾਈਵ ਜ਼ਰੂਰ ਦੇਖੋ। 9000 ਤੋਂ ਵੀ 100 ਰੁਪਏ ਘੱਟ। ਪੀਸ ਅਲਟੀਮੇਟ ਆ ਜੀ, ਅਲਟੀਮੇਟ ਰਿੰਪਲ ਰਿੰਪਲ ਆਇਆ ਯਾਰ, ਆ ਗਿਆ ਭਾਈ ਸਭ ਤੋਂ ਡਿਫਰੈਂਟ ਫੈਬਰਿਕ ਲੋ ਜੀ। ਹਾਂ ਜੀ
ਰੇਂਜ ਟੁੱਟਣੀ ਹੈ ਮਗਰ ਇਹ ਮਾੜਾ ਉੱਪਰ ਕਰਕੇ ਨਾ ਰੇਂਜ ਆ ਜਾਣੀ ਪੂਰੀ ਜਰਕਨ ਦਾ ਕੰਮ ਹੈ ਜੀ ਜਰਕਨ ਦਾ ਫੋਰ ਸਾਈਡ ਬਾਰਡਰ ਦੇਖੋ ਜੀ ਦਬਕਾ ਵੀ ਲੱਗਾ ਜਰਕਨ ਦਾ ਕੰਮ ਆ ਸਾਰਾ ਜੀ ਤੇ ਫੈਬਰਿਕ ਜਿਹੜਾ ਆਉਣ ਵਾਲਾ ਕੱਪੜਾ ਉਹ ਵਾਲਾ ਆ ਇਹ ਨਵਾਂ ਬੇਸ ਆਇਆ ਕੋਈ ਨਵਾਂ ਬੇਸ ਸ਼ਾਈਨ ਵਾ ਬਹੁਤ ਸੋਹਣਾ ਬੜਾ ਹੀ ਪਿਆਰਾ ਫੈਬਰਿਕ ਆ ਜੀ ਤੇ ਜੋ ਰੇਟ ਅੱਜ ਕੱਢਦੇ ਨੇ ਸਾੜੀਆਂ ਦੇ ਵੱਡੇ ਚੈਲੰਜ ਹੋਊਗੇ ਜੀ ਸਾੜੀਆਂ ਦੇ ਰੇਟਾਂ ਦੇ ਲੋ ਭਾਜੀ ਆ ਗਿਆ ਲਾਈਟ ਸਕਾਈ ਦੇ ਵਿੱਚ ਪਿਓਰ ਜਰਕਨ ਦੇ ਉੱਤੇ ਭਾਜੀ ਸਾਰਾ ਹੀ ਜਰਕਨ ਦਾ ਕੰਮ ਆ ਜੀ ਜਰਕਨ ਦਾ ਕੰਮ ਸਾਰਾ ਹੀ ਹੈਂਡ ਵਰਕ ਆ ਜੀ ਹੈਂਡ ਵਰਕ ਸਾਰਾ ਹੀ ਜਰਕਨ ਦਾ ਕੰਮ ਆ ਹੈਂਡ ਵਰਕ ਆ 5990 ਰੁਪਏ ਦੇ ਵਿਚ ਜੀ ਚੁੱਪੋ ਗਾੜੀ ਲੋ ਜੀ ਬਨਾਰਸੀ ਬਾਰਡਰ ਰੇਸ਼ਮ ਵਰਕ ਜਰੀ ਦਾ ਬਾਰਡਰ ਲਗਾਇਆ ਸਾਰਾ ਰੇਸ਼ਮ ਵਰਕ ਆਣਾ ਪੱਲਾ ਹੈ ਵੀ ਪ੍ਰਾਈਸ ਸਿਰਫ 2560 ਰੁਪਏ ਲੋ ਜੀ ਪੂਰੀ ਹੈਵੀ ਲੁੱਕ ਦੇ ਵਿਚ ਆ ਜੀ ਸਾੜੀ ਹੈਵੀ 2560 ਰੁਪਏ ਚ ਫੈਬਰਿਕ ਵੀ ਨਵਾਂ ਭਾਜੀ ਔਰਗੰਜਾ ਦੇ ਉੱਪਰ ਆ ਔਰਗੰਜਾ ਦੇ ਉੱਪਰ ਪਿਓਰ ਔਰਗੰਜਾ ਬਨਾਰਸੀ ਆ ਰਿਹਾ ਸਾਰੀ ਸਾੜੀ ਦੇ ਹੁੰਦੇ ਨਾ ਔਰਗੰਜਾ ਬੇਸ ਦੇ ਉੱਪਰ 2560 ਰੁਪਏ ਦੇ ਵਿਚ ਜੀ ਲੋ ਜੀ ਇਹਨੂੰ ਕਹਿੰਦੇ ਜੀ ਡਿਜ਼ਾਈਨਰ ਬੁਟੀਕ ਸਟਾਈਲ ਦੇਖੋ ਜੀ ਸਾਰੀ ਐਮਬਰਾਇਡਰੀ ਹੋਈ ਹੈ ਜੀ ਕਢਾਈ ਬਰੀਕ ਬਾਰਡਰ ਆਖੋ ਭਾਜੀ ਇੰਨਾ ਬਰੀਕ ਸਰੋਸਕੀ ਦੇ ਨਾਲ ਕੀਤਾ ਨਾਲ ਆ ਨਿਕਲ ਜਾ ਬਰੀਕ ਬਾਰਡਰ ਆ ਸਰੋਸਕੀ ਦਾ ਸਾਰਾ ਹੀ ਹੈਂਡ ਵਰਕ ਆ ਜੀ ਹੈਂਡ ਵਰਕ ਇੰਨਾ ਬਰੀਕ ਬਾਰਡਰ ਭਾਜੀ ਪੂਰਾ 1300 ਦਾ ਕੱਪੜਾ ਆ ਜੀ ਲੋ ਜੀ ਸਕਰੀਨ ਸ਼ੋਟ ਲੈ ਲਓ ਤੇ ਜਲਦੀ ਤੋਂ ਜਲਦੀ ਆਨਲਾਈਨ ਆਰਡਰ ਇਹਦਾ ਬੁਕਿੰਗ ਕਰਾ ਦਿਓ ਜੀ 1349 ਰੁਪਏ ਵਿੱਚ ਭਾਜੀ ਆਸ਼ੂ ਦੀ ਹੱਟੀ ਵਾਲਿਆਂ ਨੇ ਇੱਕ ਵਾਰੀ ਫੇਰ ਦਿਖਾਤਾ ਕਿ 1349 ਦੇ ਵਿੱਚ ਵੀ ਸਾੜੀ ਹੁੰਦੀ ਹੈ ਜੀ ਆ ਚੁੱਕੋ ਭਾਜੀ ਲੋ ਜੀ ਸ਼ੈਂਡਲੇ ਇਹਨੂੰ ਕਹਿੰਦੇ ਸ਼ੈਂਡਲੇ ਫੈਬਰਿਕ ਭਾਜੀ 12500 ਰੁਪਏ ਦਾ ਪੀਸ ਕਿੰਨੇ ਦੇ ਦਈਏ ਭਾਜੀ ਲੋ ਜੀ ਫੋਰ ਸਾਈਡ ਬਾਰਡਰ ਪਹਿਲਾਂ ਹੱਥ ਦਾ ਕੰਮ ਦਿਖਾਈਓ ਪਰਲ ਸਾਰੇ ਹੱਥ ਨਾਲ ਲੱਗੇ ਹੋਏ ਆ ਸਾਰੇ ਹੈਂਡ ਵਰਕ ਆ ਜੀ ਹੈਂਡ ਵਰਕ ਸਾਰੇ ਪਰਲ ਹੱਥ ਨਾਲ ਲੱਗੇ ਹੋਏ ਆ ਤੇ ਇਹ ਨਹੀਂ ਕਿ ਐਨ ਲੰਬੇ ਲੋਕ ਵੀ ਘੇਰੇ ਤੱਕ ਵੀ ਚੋਣਾਂ ਤੱਕ ਵੀ ਪਰਲ ਲੱਗੇ ਹੋਏ ਆ ਆਜੋ ਇੱਧਰ ਅਜੇ ਚੋਣਾਂ ਪੈਣੀਆਂ ਨੇ ਸਾਰੇ ਪਰਲ ਲੱਗੇ ਆ ਸਾਰੇ ਪਰਲ ਆ ਬੀਟਸ ਵਰਕ ਕਹਿੰਦੇ ਆ ਕੋਈ ਪਰਲ ਕਹਿੰਦਾ ਤੇ ਆ ਕਟੋਰੀ ਦਾ ਕੰਮ ਹੋਇਆ ਮਲਟੀ ਸ਼ੇਡ 12500 ਰੁਪਏ ਦੀ ਸਾੜੀ ਕਿੰਨੇ ਦੇਣੀ ਆ ਭਾਈ ਦੇ ਦੋਗੇ 7500 ਦੀ 2205 ਰੁਪਏ ਵਿੱਚ ਹਾਂਜੀ 2205 ਰੁਪਏ ਲੋ ਜੀ ਵੱਡਾ ਚੈਲੰਜ ਕਰਦੇ ਨੇ ਸਕਰੀਨ ਸ਼ੋਟ ਲੈ ਲਓ ਜੀ ਸਾੜੀ ਦਾ 2295 ਰੁਪਏ ਦੇ ਵਿੱਚ ਜੀ ਤੇ ਆ ਕੁਝ ਬਲਾਊਜ਼ ਵੀ ਹੈਵੀ ਸਾਰੇ ਹੀ ਹੈਂਡ ਵਰਕ ਦੀ ਸਾੜੀ ਆ ਸਾਰੇ ਪਰ ਲੱਗੇ ਹੱਥ ਦੇ ਨਾਲ ਭਾਜੀ 2200
2295 ਦੇ ਵਿਚ ਜੀ ਭਾਜੀ ਕਹਿੰਦੇ ਬ੍ਰਾਈਟ ਕਲਰ ਦਿਖਾਓ ਜੀ ਭਾਜੀ ਬ੍ਰਾਈਟ ਕਲਰ ਆਹ ਦੇਖੋ ਜੀ ਬ੍ਰਾਈਟ ਕਲਰ ਆ ਗਿਆ ਕੈਰਟ ਗਾਜਰੀ ਕਲਰ ਦੇ ਵਿਚ ਕੈਰਟ ਗਾਜਰੀ ਕਲਰ ਦੇ ਵਿਚ ਸਾੜੀ ਆ ਜੀ ਸਾਰਾ ਹੀ ਆ ਦੇਖੋ ਜੀ ਬਨਾਰਸੀ ਆ ਜੀ ਬਨਾਰਸੀ ਫੈਬਰਿਕ ਬਨਾਰਸੀ ਦੇ ਉੱਤੇ ਕੀਤਾ ਹੈਂਡ ਵਰਕ ਆ ਦੇਖੋ ਫੋਰ ਚੈਟ ਐਮਬਰਾਇਡਰੀ ਵੀ ਆ ਨਾਲ ਜੀ ਪੂਰੀ ਸਾੜੀ ਹੈਵੀ ਲੁੱਕ ਦੇ ਵਿਚ ਬਣੀ ਹੈ ਜੀ ਤੇ ਰੇਟ ਕੀ ਇਹਦਾ ਸਿਰਫ 1690 ਰੁਪਏ ਤੇ ਅੱਜ 1690 ਤੇ ਵੀ ਲੱਗੂਗੀ ਵੱਡੀ ਓਫਰ ਇੱਥੇ ਅੱਜ ਹੋਰ ਓਫਰ ਲੱਗਣ ਲੱਗੀ ਆ ਆਪਾਂ ਦੇਣੀ ਹੈ 1090 ਰੁਪਏ ਹਾਂਜੀ 1090 ਰੁਪਏ ਚ ਜੀ 1090 ਰੁਪਏ ਦੇ ਵਿਚ ਸਾੜੀ ਹੈ ਜੀ 1090 ਲੋ ਜੀ ਰੈਡ ਕਲਰ ਦੇ ਵਿਚ ਇੱਕ ਹੋਰ ਆ ਗਈ ਬਨਾਰਸੀ ਬਾਰਡਰ ਵਾਲੀ ਸਾੜੀ ਪੇਪਰ ਵਿੱਚੇ ਲੱਗਾ ਖੋਲਣਾ ਚਾਰੋ ਪਾਸੇ ਆਉਂਗਾ ਜੀ ਇਹਦਾ ਬਨਾਰਸੀ ਬਾਰਡਰ ਤੇ ਵਿੱਚ ਆਉਂਗਾ ਰੇਸ਼ਮ ਦਾ ਕੰਮ ਭਾਈ ਕਿੰਨੇ ਸਾੜੀ ਦੇ ਦਈਏ ਬੋਲੋ ਸਾਰਾ ਹੀ ਥਰੈਡ ਵਰਕ ਦੇ ਵਿੱਚ ਹੈ ਥਰੈਡ ਵਰਕ ਦੇ ਵਿੱਚ ਜੀ ਆ ਦੇਖੋ ਸਾਰਾ ਮੈਂ ਕਹਿੰਦਾ ਵਾ ਭਾਜੀ 7500 ਰੁਪਏ ਦਾ ਪੀਸ ਤੁਹਾਨੂੰ ਆਪਾਂ ਦੇਣਾ ਓਨਲੀ 2560 ਰੁਪਏ ਵਿੱਚ ਭਾਜੀ ਲੋ ਜੀ 2560 ਰੁਪਏ ਦੇ ਵਿੱਚ 7500 ਰੁਪਏ ਦਾ ਪੀਸ ਜਾਣੀ ਕੱਪੜਾ ਹੀ ਕੱਲਾ 2500 3000 ਦਾ ਲੱਗਾ ਜੀ ਆਸ਼ੂ ਦੀ ਹੱਟੀ ਵੱਲੋਂ ਆ ਕਢਾਈ ਤਾਂ ਫਰੀ ਆਫ ਕੋਸਟ ਹੈ ਜੀ ਸਿਰਫ ਇੱਕ ਦਿਨ ਦੀ ਆਫਰ ਬਾਬਾ ਜੀ ਨਹੀਂ ਭਾਜੀ ਓਫਰ ਚੱਲਦੀ ਰਹੂਗੀ ਜੀ ਓਫਰ ਜਦੋਂ ਮਰਜ਼ੀ ਆ ਗਏ ਤੁਸੀਂ ਬਾਏ ਕਰ ਸਕਦੇ ਆ ਜੀ ਐਨੀ ਟਾਈਮ ਜਿਹੜੇ ਹੈਗੇ ਸਾੜੀਆਂ ਲਾਉਂਦੇ ਚਾਹ ਵਾਲ ਉਹਨਾਂ ਨੂੰ ਆਸ਼ੂ ਦੀ ਘੜੀ ਆਣਾ ਹੀ ਪੈਣਾ ਭਾਈ ਦੇਖੋ ਸਾੜੀ ਕੰਮ ਦੇਖੋ ਕਿੰਨਾ ਹੈਵੀ ਲੋ ਜੀ ਆ ਗਿਆ ਪੱਲਾ ਜੀ ਆ ਵਿੱਚ ਸਾਰੀ ਐਮਬਰਾਇਡਰੀ ਹੈ ਜੀ ਐਮਬਰਾਇਡਰੀ ਇਹਦਾ ਪ੍ਰਾਈਸ ਨਹੀਂ ਲੱਗਾ ਨਾ ਆਉਣ ਵਾਲਾ ਪ੍ਰਾਈਸ ਬਨਾਰਸੀ ਬਾਰਡਰ ਦੇ ਨਾਲ ਔਰਗੈਂਜਾ ਦੇ ਉੱਤੇ ਸਾੜੀ ਹੈ ਜੀ ਪਿਓਰ ਔਰਗੈਂਜਾ ਇਹ ਵੀ ਕੋਈ 2500 ਦੀ ਰੇਂਜ ਵਿੱਚ ਹੀ ਆ ਸੱਤਿਆ ਪੌਲ ਦਾ ਓਰਿਜਿਨਲ ਪੀਸ ਹੈ ਜੀ ਸਾਰਾ ਹੀ ਹੈਂਡ ਵਰਕ ਬਾਰਡਰ ਦੇ ਨਾਲ ਆ ਜੀ ਹੈਂਡ ਵਰਕ ਸਾਰਾ ਟੋਟਲ ਹੈਂਡ ਵਰਕ ਬਾਰਡਰ ਭਾਜੀ ਤੇ ਆ ਜਿਹੜੇ ਫੈਬਰਿਕ ਲੱਗੇ ਆ ਜੀ ਇਹ ਫੈਬਰਿਕ ਤੁਹਾਨੂੰ 2026-27 ਦੇ ਵਿੱਚ ਨਜ਼ਰ ਆਣਗੇ ਜੀ ਤੇ ਆਚੂ ਦੀ ਹੱਟੀ ਵਾਲੇ ਐਡਵਾਂਸ ਦੇ ਰਹੇ ਐਡਵਾਂਸ ਬਲਾਊਜ਼ ਪੀਸ ਇਹਦਾ ਦੇਖੋ ਭਾਜੀ ਕਿੰਨਾ ਪਿਆਰਾ ਆ ਦੇਖੋ ਰੈਡੀਮੇਡ ਬਲਾਊਜ਼ ਦੇ ਨਾਲ ਆ ਜੀ ਰੈਡੀਮੇਡ ਬਲਾਊਜ਼ ਆ ਦੇਖੋ ਬੈਕ ਇਹਦੇ ਬੈਕ ਬੜੀ ਪਿਆਰੀ ਹੈ ਜੀ ਇਦਾਂ ਦੇ ਭਾਜੀ ਤੁਹਾਨੂੰ ਡਿਜ਼ਾਈਨ ਹੈ 2025-26 ਤੋਂ ਪਹਿਲਾਂ ਹੀ 2024 ਚ ਮਿਲ ਰਹੇ ਆ ਜੀ ਬਲਾਊਜ਼ ਲੈ ਲਓ ਇਹ ਭਰਾ ਦੇ ਆਪਣੇ ਲਓ ਜੀ ਰੈਡੀਮੇਡ ਬਲਾਊਜ਼ ਦੇ ਨਾਲ ਮੈਂ ਕਿ ਐਂਡਲੈਸ ਭਾਜੀ ਐਂਡਲੈਸ ਆ ਜੀ ਆ ਲਓ ਕੋਲ 13500 ਰੁਪਏ ਵਾਲਾ ਪੀਸ ਭਾਈ ਕਿੰਨੇ ਦੇ ਦੇਣਾ ਆਪਾਂ ਲਓ ਜੀ 13500 ਵਾਲੀ ਸਾੜੀ ਸਾਰੀ ਹੈਂਡ ਵਰਕ ਦੇ ਵਿੱਚ ਹੈ ਜੀ ਹੈਂਡ ਵਰਕ 13500 ਵਾਲਾ ਪੀਸ ਤੇ ਦੇਖੋ ਜੀ ਕੀ ਆਫਰ ਲੱਗਣ ਲੱਗੀ ਜੀ ਇਹਦੇ ਉੱਤੇ ਸਿਰਫ ਤੇ ਸਿਰਫ 3448 13500 ਰੁਪਏ ਵਾਲਾ ਪੀਸ ਸਿੱਧੇ ਦੱਸਿਆ ਛੱਡਦਾ ਭਾਈ ਆਪਾਂ ਕੀ ਕਰੀਏ ਭਾਈ ਦੇਣਾ ਅੱਜ ਤਾਂ ਦੇਖੋ ਭਾਈ ਪਹਿਲਾਂ ਸੋਚ ਕੇ ਹੋਈ ਹੈਂਡ ਵਰਕ ਦੇ ਨਾਲ ਆ ਸਾਰਾ ਵਰਕ ਕੀਤਾ ਗਿਆ ਸਾਰਾ ਹੀ ਜਰਕਨ ਦਾ ਕੰਮ ਆ ਚਾਰੋਂ ਪਾਸੇ ਬਾਰਡਰ ਆ ਇਹ ਵਾਲੇ ਮਟੀਰੀਅਲ ਦੇ ਸੂਟਾਂ 'ਚ ਵੀ ਨਹੀਂ ਆਈ ਆ ਵਿੱਚ ਸਾਰੀ ਐਮਬਰਾਇਡਰੀ ਆ ਜੀ ਐਮਬਰਾਇਡਰੀ 1200 ਰੁਪਏ ਮੀਟਰ ਕੱਪੜਾ ਵੀ ਲੱਗਾ ਹੋਇਆ ਲੋ ਜੀ 3400-3500 ਦੇ ਵਿੱਚ ਸਾੜੀ ਆ ਜੀ ਇਹਦਾ ਸਕਰੀਨਸ਼ਾਟ ਦਾ ਲੈਣਾ ਬੰਦਾ ਜੀ ਬੰਦਾ ਹਾਲੋ ਕਿੰਨੇ ਦੀ ਭਾਈ 1690 ਵਿੱਚ ਲੋ ਜੀ
ਪੂਰਾ ਹੈਵੀ ਪੀਸ ਹੈ ਜੀ ਬਣ ਕੇ ਆਇਆ ਪੂਰਾ ਹੈਵੀ 1690 ਰੁਪਏ ਦੇ ਵਿੱਚ ਸਾੜੀ ਹੈ ਜੀ 1690 ਲੋ ਜੀ ਬਨਾਰਸੀ ਸਾੜੀ 1490 ਭਾਜੀ ਬਨਾਰਸੀ ਸਾੜੀ ਬਨਾਰਸ ਤੋਂ ਵੀ ਸਸਤੀ ਜੀ ਬਨਾਰਸ ਤੋਂ ਵੀ ਸਸਤੀ ਫਿਰ 1990 ਰੁਪਏ ਚ ਭਾਜੀ 3500 ਰੁਪਏ ਦੀ ਸਾੜੀ ਲੋ ਜੀ ਹਾਂ ਜੀ ਸਿਰਫ 1990 ਰੁਪਏ ਦੇ ਵਿੱਚ ਸਾੜੀ ਜੀ ਸਾਰੀ ਐਮਬਰਾਇਡਰੀ ਹੈ ਜੀ ਐਮਬਰਾਇਡਰੀ ਪੰਜਾਬ ਦੀ ਇੱਕੋ ਇੱਕੋ ਸ਼ਾਨ ਆਸ਼ੂ ਦੀ ਹੱਟੀ ਵਰਲਡ ਦੇ ਵਿੱਚ ਮਸ਼ਹੂਰ ਦੁਕਾਨ ਹੈ ਜੀ ਇੱਕੋ ਹੀ ਦੁਕਾਨ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੋਂ ਜੀ ਲੋ ਜੀ 1990 ਰੁਪਏ ਦੇ ਵਿੱਚ ਸਾੜੀ ਹੈ ਜੀ ਸਾੜੀਆਂ ਹੁੰਦੀਆਂ ਸੂਟਾਂ ਨਾਲੋਂ ਸਸਤੀਆਂ ਬ੍ਰਾਈਡਲ ਰੈਡ ਕਲਰ ਦੀ ਸਾੜੀ ਲੋ ਜੀ ਰੈਡ ਕਲਰ ਦੇ ਵਿੱਚ ਸਾੜੀ ਸਾਰੀ ਐਮਬਰਾਇਡਰੀ ਕੀਤੀ ਜੀ ਕੰਟਰਾਸਟ ਬਲੌਜ਼ ਦਿੱਤਾ ਆ ਦੇਖੋ ਪੱਲਾ ਦੇਖੋ ਕੰਟਰਾਸਟ ਬਲੌਜ਼ ਭਾਜੀ ਆ ਦੇਖੋ ਬਨਾਰਸੀ ਬਲੌਜ਼ ਪਿਓਰ ਬਨਾਰਸੀ ਬਲੌਜ਼ ਜੀ ਕੰਟਰਾਸਟ ਦੇ ਵਿੱਚ ਰੈਡ ਦੇ ਨਾਲ ਪੀਚ ਕਲਰ ਦਾ ਕੰਟਰਾਸਟ 4190 ਭਾਜੀ ਬ੍ਰਾਈਡਲ ਸਾੜੀ ਲੋ ਜੀ 4190 ਰੁਪਏ ਦੇ ਵਿੱਚ ਸਾੜੀ ਜੀ ਕੱਪੜਾ ਸਾਰੇ ਨਵਾਂ ਆਇਆ ਹਲੇ ਇਹ ਔਰਗੰਜ ਦੇ ਉੱਪਰ ਕੱਪੜਾ ਆ ਗਿਆ ਔਰਗੰਜ ਦੇ ਉੱਪਰ ਆ ਦੇਖੋ ਸਾਰੀ ਐਮਬਰਾਇਡਰੀ ਹੋਈ ਹੈ ਜੀ ਕਢਾਈ ਫੋਰ ਸਾਈਡ ਜਰੀ ਦਾ ਬਾਰਡਰ ਚੱਲਿਆ ਭਾਜੀ ਦੇਖੋ ਫੋਰ ਸਾਈਡ ਜਰੀ ਦਾ ਬਾਰਡਰ ਪੂਰੀ ਸਾੜੀ ਹੈਵੀ ਲੁੱਕ ਦੇ ਵਿੱਚ ਬਣੀ ਹੈ ਜੀ 4490 ਇਹ ਨਾ ਕਿਤੋਂ 90 ਇਹ 90 ਕਿਤੋਂ ਆਸ਼ੂ ਦੀ ਹੱਟੀ ਬੰਗਾ ਰੋਡ ਤੋਂ ਜੀ ਪੀਸ ਹੋਰ ਗੰਜਾ ਦੇ ਉੱਪਰ ਲੋ ਜੀ ਆਲੇ ਦੁਆਲੇ ਆਣਾ ਬਨਾਰਸੀ ਬਾਰਡਰ ਤੇ ਸੈਂਟਰ ਜਾਣਾ ਵਰਕ ਸਾਰੀ ਐਮਬਰਾਇਡਰੀ ਲੋ ਜੀ ਔਰ ਗੰਜਾ ਬਨਾਰਸੀ ਦੇ ਉੱਤੇ ਆ ਗਿਆ ਜੀ ਔਰ ਗੰਜਾ ਬਨਾਰਸੀ ਭਾਜੀ ਭਾਜੀ ਸੂਟ ਨੀ ਆਂਦਾ 890 ਚ 890 ਕੱਪੜਾ ਵੀ ਨੀ ਆਣਾ ਭਾਜੀ ਇੰਨੇ ਚ 890 ਦੇ ਵਿੱਚ ਸਾੜੀ ਆ ਜੀ 890 ਇਹਦਾ ਸਕਰੀਨ ਸ਼ੋਟ ਤਾਂ ਲੈਣਾ ਬੰਦ ਆ ਜੀ 2900 ਰੁਪਏ ਸਾੜੀ ਕਿੰਨੇ ਵਿੱਚ ਲੋ ਜੀ ਸਾਰਾ ਹੀ ਦਬਕੇ ਦਾ ਕੰਮ ਹੈ ਜੀ ਦਬਕੇ ਦਾ ਹੈਂਡ ਵਰਕ ਦੇ ਵਿੱਚ ਹੈ ਜੀ ਚਾਰੋ ਪਾਸੇ ਏਦੇ ਬਾਰਡਰ ਘੁੰਮਿਆ ਸਾੜੀ ਦਾ ਤੇ ਸੈਂਟਰ ਦੇ ਵਿੱਚ ਆ ਗਿਆ ਪਿਓਰ ਸਿਲਕ ਗਾਵਾਡੀਨ ਸਿਲਕ ਐਵੇਂ ਨੀ ਇੱਕੋ ਕਹਾ ਬੀਬੀ ਸਾੜੀਆਂ ਲੈ ਜਾਂਦਾ ਰੀਟਾ ਕਰਕੇ ਜਾਂਦਾ ਅਗਲਾ ਪਿਓਰ ਗਾਵਾਡੀਨ ਸਿਲਕ ਹੈ ਜੀ ਪਿਓਰ ਗਾਵਾਡੀਨ ਸਿਲਕ ਤੇ ਕੰਟਰਾਸਟ ਬਲੌਜ਼ ਦੇ ਨਾਲ ਭਾਜੀ ਆਪਣਾ ਦੇਖੋ ਜੀ ਸਾਰਾ ਹੀ ਦਬਕੇ ਦਾ ਕੰਮ ਹੈ ਜੀ ਦਬਕੇ ਦਾ ਤੇ ਆ ਦੇਖੋ ਜੀ ਬਲੌਜ਼ ਇਹਦਾ ਬੰਨਾ ਡਿਜ਼ਾਈਨਰ ਬਲੌਜ਼ ਡਿਜ਼ਾਈਨਰ ਬਾਜੂ ਬੁਟੀਕ ਸਟਾਈਲ ਦੇ ਵਿੱਚ ਬਣੂਗਾ ਜੀ ਬਲੌਜ਼ ਕੱਲ ਚੰਡੀਗੜ੍ਹੋਂ ਗਾਹਕ ਆ ਗਿਆ ਸਿਰਫ ਕਹਿੰਦਾ ਮੈਂ ਦੋ ਸਾੜੀਆਂ ਲੈ ਕੇ ਜਾਣੀਆਂ ਲੈ ਕੇ ਕਿੰਨੀਆਂ ਗਿਆ ਲੈ ਕੇ ਗਿਆ ਉਹ ਸਾੜੀਆਂ ਲੈ ਕੇ ਗਿਆ 18 ਲੋ ਜੀ ਚੰਡੀਗੜ੍ਹ ਤੋਂ ਕਸਟਮਰ ਆਏ ਸੀ ਸ਼ੋਪਿੰਗ ਕਰਨ ਜੀ ਕੱਲ ਤੇ ਸਾੜੀਆਂ ਲੈਣ ਆਏ ਸੀ ਸਿਰਫ ਦੋ ਦੇ ਨਾਲ 16 ਕਰ ਲਈਆਂ ਉਹਨਾਂ ਨੇ ਐਡ ਕਹਿੰਦੇ ਆਸ਼ੂ ਭਾਈ ਤੁਹਾਡੀਆਂ ਸਾੜੀਆਂ ਦੀ ਕਲੈਕਸ਼ਨ ਇੰਨੀ ਕੁ ਵਧੀਆ ਲੱਗੀ ਆ ਤੇ 18 ਸਾੜੀਆਂ ਲੈ ਕੇ ਗਏ ਜੀ ਓ ਭਾਜੀ ਓਰਿਜਨਲ ਬਨਾਰਸੀ ਲੁੱਕ ਚ
ਲੋ ਜੀ ਭਾਜੀ ਬਹੁਤ ਵੱਡੀਆਂ ਮਿਹਨਤਾਂ ਕਰਦੇ ਆ ਜੀ ਤੁਹਾਡੇ ਕਰਕੇ, ਸਿਰਫ ਤੁਹਾਡੇ ਲਈ ਮਿਹਨਤਾਂ ਹੁੰਦੀਆਂ ਜੀ, ਦੁਨੀਆ ਦੇ ਕੋਨੇ ਕੋਨੇ ਚੋ ਲੱਭ ਲੱਭ ਕੇ ਲੈ ਕੇ ਆਉਂਦੇ ਭਾਜੀ ਡਿਜ਼ਾਈਨਿੰਗ। ਸਾੜੀ ਭਾਜੀ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 6 ਤੋਂ 7 ਹਜ਼ਾਰ ਦੇ ਵਿੱਚ ਸਾੜੀ ਆ ਜੀ। ਟੋਟਲ ਬਨਾਰਸੀ ਹੈ ਜੀ, ਬਨਾਰਸੀ 2500 ਰੁਪਏ ਦੇ ਵਿੱਚ ਸਾੜੀ ਹੈ ਜੀ, ਬਨਾਰਸੀ। ਆ ਦੇਖੋ ਜੀ ਓਰਿਜਿਨਲ ਬਨਾਰਸੀ ਆ, ਕੋਈ ਕਾਪੀ ਨਹੀਂ ਆਉਂਗੀ। ਬਲਾਊਜ਼ ਵੀ ਬੜਾ ਹੀ ਪਿਆਰਾ ਭਾਈ, 2500 ਰੁਪਏ ਨਹੀਂ ਮਿਲ ਸਕਦੀ ਕਿਤੇ ਵੀ ਭਾਜੀ। ਬਾਕੀ ਸੂਟਾਂ ਤੋਂ ਸਸਤੀਆਂ ਸਾੜੀਆਂ ਜੀ, ਸਾੜੀਆਂ 2500 ਮੀਟਰ ਦਾ ਕੱਪੜਾ ਲੱਗਾ ਇਹਨੂੰ। ਗੋਟਾ ਪੱਟੀ ਦੇ ਵਿੱਚ ਸਾੜੀ ਆ ਗਈ ਜੀ, ਗੋਟਾ ਪੱਟੀ ਇੱਥੇ ਸਾਰਾ ਹੀ ਜਰਕਨ ਦਾ ਬਾਰਡਰ ਚੱਲਿਆ ਜੀ, ਗੋਟਾ ਪੱਟੀ ਦਾ ਬਾਰਡਰ ਚੱਲਿਆ ਤੇ ਨਾਲ ਚੱਲਿਆ ਦਬਕੇ ਦਾ ਕੰਮ, ਚਾਰੋ ਪਾਸੇ ਬਾਰਡਰ ਚੱਲਿਆ ਜੀ, 4 ਸਾਈਡ ਐਮਬਰਾਇਡਰੀ ਆ ਜੀ। ਟੋਟਲ ਛਮਾਏ ਦੇ ਉੱਤੇ ਜੀ, ਸਾਰਾ ਹੀ ਛਮਾਏ ਫੈਬਰਿਕ ਦੇ ਉੱਤੇ ਬਣ ਕੇ ਆਇਆ ਜੀ ਪੀਸ, ਬੜਾ ਹੀ ਪਿਆਰਾ। ਪਹਿਲਾਂ ਕਿੰਨਾ ਪਿਆਰਾ ਕੱਢਿਆ, ਇਹਨੂੰ ਕਹਿੰਦੇ ਔਸਮ। ਸਾਰਾ ਹੀ ਚਾਰੋ ਪਾਸੇ ਬਾਰਡਰ ਚੱਲਿਆ ਜੀ ਇਹਦਾ ਭਾਜੀ, 10790 ਰੁਪਏ ਰੇਟ ਕੱਢਿਆ ਜੀ। ਲੋ ਜੀ 10790 ਰੁਪਏ ਦੇ ਵਿੱਚ ਸਾੜੀ ਜੀ, ਪਰਾਸ਼ੂ ਦੀ ਹੱਟੀ ਤੇ ਭਾਜੀ ਤੁਹਾਨੂੰ ਆਪਾਂ ਦੇ ਦਿੰਦੇ ਹਾਂ। ਇਹਨਾਂ ਬਲਾਊਜ਼ ਸਿਰਫ 4417 ਰੁਪਏ ਚ ਜੀ। ਲੋ ਜੀ ਵੱਡਾ ਚੈਲੰਜ ਲੱਗੇ ਕਰਨ ਜੀ, ਆਸ਼ੂ ਦੀ ਹੱਟੀ ਬੰਗਾ ਰੋਡ ਤੋਂ ਜੀ, ਸਿਰਫ 4480 ਰੁਪਏ ਦੇ ਵਿੱਚ, ਜੇ ਤੁਹਾਨੂੰ ਆ ਚਾਰੋ ਪਾਸੇ ਸਾੜੀ ਦਾ ਕੱਲਾ ਬਾਰਡਰ ਹੀ ਕਾਰੀਗਰ ਕੱਢ ਕੇ ਦੇ ਦੇਵੇ, 5 ਤੋਂ 6 ਹਜ਼ਾਰ ਦੇ ਵਿੱਚ ਵੀ ਦੇ ਦੇਵੇ ਜੀ, ਬਲਾਊਜ਼ ਪੀਸ ਤੇ ਸਾਰੀ ਆਸ਼ੂ ਦੀ ਹੱਟੀ ਵੱਲੋਂ ਗਿਫਟ ਦਿੱਤਾ ਜਾਊਗਾ ਗਿਫਟ। ਬਲਾਊਜ਼ ਪੀਸ ਦੇਖੋ ਕਿੰਨਾ ਪਿਆਰਾ ਕੱਢਿਆ ਹੋਇਆ ਵਾ, ਸਿਰਫ 4480 ਦੇ ਵਿੱਚ, ਸਾਰੇ ਹੀ ਹੈਂਡ ਵਰਕ ਆ ਜੀ, ਹੈਂਡ ਵਰਕ ਜੀ। ਲੋ ਭਾਜੀ ਇੱਕ ਹੋਰ ਚੈਲੰਜ ਦਾ ਨਾਲ, ਲੋ ਜੀ ਵੱਡੇ ਚੈਲੰਜ ਦੇ ਨਾਲ ਰੇਟ ਦੇ ਰਹੇ ਆ ਜੀ ਆਸ਼ੂ ਦੀ ਹੱਟੀ ਵਾਲੇ। ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ, ਬਾਰਡਰ ਚੈੱਕ ਕਰਾਓ ਇਧਰ ਆਣ ਕੇ ਰਿੰਪਲ ਭਾਜੀ, ਇਧਰ ਆਓ ਇਹ ਰਾਜ, ਸਾਰਾ ਹੀ ਹੈਂਡ ਵਰਕ ਆ ਜੀ, ਸਾਰਾ ਭਾਜੀ ਓਰਿਜਨਲ ਬਾਰਡਰ। ਆ ਲੋ ਭਾਜੀ ਬਾਰਡਰ ਚੈੱਕ ਕਰਾਓ ਭਾਜੀ। ਲੋ ਜੀ ਮੈਂ ਤੁਹਾਨੂੰ ਕਲੋਜ਼ ਤੋਂ ਦਿਖਾਂਦਾ ਜੀ, ਆ ਦੇਖੋ ਜੀ ਚਾਰੋ ਪਾਸੇ ਇੱਦਾਂ ਹੀ ਬਾਰਡਰ ਕੱਢਿਆ ਹੋਇਆ ਜੀ, ਚਾਰੋ ਪਾਸੇ ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ ਓਰਿਜਨਲ ਰੋਲਸ ਲੱਗਦੇ ਉੱਤੇ ਆ। ਹੁਣ ਕਈ ਕਸਟਮਰਾਂ ਦੇ ਤੁਹਾਨੂੰ ਲਾਂਭੇ ਹੁੰਦੇ ਸੀਗੇ, ਕਹਿੰਦੇ ਭਾਜੀ ਜਿੱਦਾਂ ਵੀਡੀਓ ਦੇ ਉੱਤੇ ਦਿਖਾਉਂਦੇ ਆ ਕੰਪਿਊਟਰ ਦੀਆਂ ਕਢਾਈਆਂ ਤੇ ਕਹਿੰਦੇ ਆ ਹੈਂਡ ਵਰਕ, ਤੇ ਆਜੋ ਆਸ਼ੂ ਦੀ ਹੱਟੀ ਤੇ, ਜੇ ਤੁਹਾਨੂੰ ਹੈਂਡ ਵਰਕ ਕਿਹਾ ਤੇ ਹੈਂਡ ਵਰਕ ਹੀ ਹੋਊਗਾ ਜੀ ਭਾਜੀ। ਸਾੜੀ ਦਾ ਰੇਟ ਜੇ ਕੰਪਿਊਟਰ ਦੀ ਕਢਾਈ ਕਵਾਂਗੇ ਤੇ ਕੰਪਿਊਟਰ ਹੋਊਗੀ, ਜੇ ਹੈਂਡ ਵਰਕ ਕਵਾਂਗੇ ਤੇ ਹੈਂਡ ਵਰਕ ਹੀ ਹੋਊਗਾ ਜੀ ਭਾਜੀ। ਇਹ ਸਾੜੀ ਦਾ ਰੇਟ ਹੈਗਾ ਜੀ 22,570। ਲੋ ਜੀ 22,570 ਦੇ ਵਿੱਚ ਸਾੜੀ ਜੀ, ਪਰ ਆਸ਼ੂ ਦੀ ਹੱਟੀ ਤੇ ਕੀ ਰੇਟ ਦਵਾਂਗੇ? ਆਸ਼ੂ ਦੀ ਹੱਟੀ ਦਾ ਕੀ ਰੇਟ ਆ ਭਾਜੀ? ਆਪਾਂ ਆਸ਼ੂ ਦੀ ਹੱਟੀ ਤੇ ਰੇਟ ਲਾ ਦੇਣਾ ਸਿਰਫ 10,800 ਰੁਪਏ ਚ ਜੀ। ਆ ਵਾਲੀ ਪੀਸ ਭਾਜੀ, ਪਿਓਰ ਛਮਾਏ ਦੇ ਉੱਪਰ ਭਾਜੀ, ਕੱਲਾ ਕੱਲਾ ਕੰਮ ਹੱਥ ਨਾਲ ਕੀਤਾ ਹੋਇਆ ਜੀ, ਕੱਲਾ ਕੱਲਾ ਕੰਮ ਭਾਜੀ। ਇਹਦੇ ਨਾਲ ਦਾ ਫੈਬਰਿਕ ਵੀ ਨ਀ ਕਿਤੇ ਮਿਲਣਾ, 10,800 ਰੁਪਏ ਚ ਆਸ਼ੂ ਦੀ ਹੱਟੀ ਤੇ ਭਾਜੀ। ਇਹ ਹੈਗੇ ਬੰਗਾ ਰੋਡ, ਇੱਥੇ ਕੁਛ ਵੀ ਹੋ ਸਕਦਾ।
ਇੱਥੇ ਲੱਗਦੀਆਂ ਰਹਿੰਦੀਆਂ ਆਫਰਾਂ ਖੁੱਲੇ ਚੈਲੰਜਾਂ ਦੇ ਨਾਲ ਜੀ, ਓਪਨ ਚੈਲੰਜਾਂ ਦੇ ਨਾਲ। ਇੱਕ ਚੀਜ਼ ਨਾ ਭੁੱਲੋ, ਆਣਾ ਬੰਗਾ ਰੋਡ ਤੇ ਆ, ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ, ਫਗਵਾੜਾ ਜੀ, ਫਗਵਾੜਾ। ਇੱਥੇ ਵਰਾਇਟੀਆਂ ਤੇ ਰੇਟ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਮਿਲਣਗੇ। ਲਓ ਭਾਜੀ, ਭਾਜੀ ਹੈਰਾਨ ਤੇ ਪਰੇਸ਼ਾਨ ਨਹੀਂ, ਹਾਂਜੀ ਹੈਰਾਨ ਤੇ ਹੈਪੀ ਮੂਡ ਕਰਨ ਵਾਲੇ। ਲਓ ਜੀ, ਕਹਿੰਦੇ ਹੈਰਾਨ ਤੇ ਹੈਪੀ ਮੂਡ ਕਰਨ ਵਾਲੇ ਜੀ। ਭਾਜੀ ਆ ਲਓ ਜੀ, ਫੁੱਲ ਚਨੋਨ ਦੇ ਉੱਤੇ ਜੀ, ਪਿਓਰ ਚਨੋਨ ਦੇ ਉੱਪਰ ਜੀ। ਹਾਂਜੀ, ਸਾਰਾ ਹੀ ਭਾਜੀ ਧਾਗੇ ਦਾ ਕੰਮ, ਟੋਟਲੀ ਥਰੈਡ ਵਰਕ ਕੀਤਾ ਹੋਇਆ ਜੀ। ਟੋਟਲੀ ਇਹ ਹੈਗਾ ਟੋਟਲੀ ਓਰਿਜਿਨਲ ਕੰਮ ਜੀ, ਇੱਕ ਵੀ ਧਾਗਾ ਉਖੜਿਆ ਨਹੀਂ ਹੈਗਾ, ਪੂਰਾ ਗੁੰਦਮਾ ਵਰਕ ਕੀਤਾ ਹੋਇਆ, ਪੂਰਾ ਗੁੰਦਮਾ ਵਰਕ। ਸਾਰੀ ਯਾਰ ਦਿਖਾ ਦਿਓ, ਕੈਸੀ ਲੱਗ ਰਹੀ ਹੂੰ ਮੈਂ, 5325 ਕਿੰਨਾ ਸ਼ਾਨਦਾਰ ਪੀਸ ਹੈ ਜੀ, ਬਾਲੀਵੁੱਡ ਸਟਾਈਲ ਵਾਲਾ ਜੀ। 2026 ਵਾਲੇ ਡਿਜ਼ਾਈਨ ਤੁਹਾਨੂੰ 2024 ਦੇ ਵਿੱਚ ਐਡਵਾਂਸ ਦੇ ਰਹੇ, ਸਾਰਾ ਸਰਬੋਸਕੀ ਵਰਕ ਆ ਜੀ। ਤੇ ਰੇਟ ਕਿੰਨਾ ਭਾਜੀ, 10,000 ਕੇ 12,000 ਭਾਜੀ? ਇਹਦਾ ਨਾ ਹੀ ਆਪਾਂ ਦੇਣਾ 10,000, ਨਾ ਹੀ ਆਪਾਂ ਦੇਣਾ 12,000, ਨਾ ਹੀ ਆਪਾਂ ਦੇਣਾ 8,000, 5,000 4,000 ਦੀ ਬਣੀ ਦੇਣੀ। ਆ ਚਨੋਨ ਦੇ ਉੱਪਰ ਥਰੈਡ ਵਰਕ ਦੇ ਕੀ ਰੇਟ ਆ ਭਾਜੀ? ਇਹਦਾ ਰੇਟ ਭਾਜੀ ਤੁਹਾਨੂੰ ਮਿਲਣਾ ਵਾ 5400, ਪਰ ਆਸ਼ੂ ਦੀ ਹੱਟੀ ਦੇ ਰੇਟ ਤੁਹਾਨੂੰ ਦਵਾਂਗੇ ਸਿਰਫ 1400। ਚਨੋਨ ਦੇ ਉੱਪਰ ਥਰੈਡ ਵਰਕ ਕੀਤਾ ਹੋਇਆ, ਰੇਟ ਸੀਗਾ 5400, ਫਿਰ ਅੱਧੋ ਅੱਧੀ ਵੀ ਨਹੀਂ ਕੀਤਾ ਜੀ, ਅੱਧ ਤੋਂ ਵੀ ਅੱਧ, ਸਿਰਫ ਚੱਕ ਮੈਨੂੰ ਸਿਰਫ 1400 ਰੁਪਏ ਦੇ ਵਿੱਚ ਆਹ ਵਾਲੀ ਸਾੜੀ, ਤੁਹਾਡੀ ਆਪਣੀ ਜੀ, ਤੁਹਾਡੀ ਆਪਣੀ, ਤੁਹਾਡੀ ਆਪਣੀ ਸਾੜੀ, ਓਰਿਜਨਲ ਚਨੋਨ ਭਾਜੀ, ਓਰਿਜਨਲ ਚਨੋਨ ਤੇ ਟੋਟਲੀ ਥਰੈਡ ਵਰਕ। ਪੂਰਾ ਥਰੈਡ ਵਰਕ ਕੀਤਾ ਹੋਇਆ ਤੇ ਸਰੋਸਕੀ ਵਰਕ ਕੀਤਾ ਹੋਇਆ ਜੀ। ਭਾਜੀ ਇੰਨੇ ਨੂੰ ਤਾਂ ਕੱਪੜਾ ਵੀ ਨੀ ਆਣਾ, ਜਿੰਨੇ ਨੂੰ ਭਾਜੀ ਆਪਾਂ ਤੁਹਾਨੂੰ ਸਾੜੀ ਦਾ ਰੇਟ ਦੇ ਦੇਣਾ ਵਾ, ਸਿਰਫ ਤੇ ਸਿਰਫ 4,490 ਦੇ ਵਿਚ। ਭਾਜੀ ਕੀ ਕਰੀ ਜਾਂਦੇ ਆ, ਆਪਾਂ ਦੇਣੀ ਨੀ 4,490 ਚ ਭਾਜੀ? ਹਾਂਜੀ, 4,490 ਦਾ ਰੇਟ ਆਇਆ ਸੀ ਇਹਦਾ, ਆਪਾਂ ਦੇਣੀ ਨੀ 4,490, ਫੇਰ ਕਿੰਨੇ ਦੀ ਦੇਣੀ? ਸਿਰਫ 1,790, 4,490 ਵਾਲੀ ਆ ਇਹ, 1,790 ਇਹ ਭਾਜੀ ਆਸ਼ੂ ਦੀ ਹੱਟੀ ਵੀ ਆ ਨਾਲ, ਕਿੰਨੇ ਦੀ? 1,790 ਆ ਵਾਲੀ ਸਾੜੀ। ਲਓ ਜੀ, 1,790 ਦੇ ਵਿਚ ਰਿੰਪਲ ਵਾਈ ਦੇਣੀ ਵੀ ਪੈਣੀ, ਵੱਡਾ ਚੈਲੇ ਕਰ ਦਿੰਦੇ ਆ, ਸਕਰੀਨਸ਼ਾਟ ਲੈ ਲਓ ਸਾੜੀ ਦਾ, ਜੇ ਤੁਹਾਨੂੰ ਕਿਤੇ 2,500 ਦੀ ਵੀ ਮਿਲ ਗਈ ਸਾੜੀ ਆਸ਼ੂ ਦੀ ਹੱਟੀ ਵੱਲੋਂ ਗਿਫਟ ਦਵਾਂਗੇ, ਗਿਫਟ ਸਿਰਫ 1,790 ਦੀ ਆ ਵਾਲੀ ਸਾੜੀ। ਭਾਜੀ ਆਸ਼ੂ ਭਾਜੀ ਕਹਿੰਦੇ ਆ ਵੀ ਸਕਰੀਨਸ਼ਾਟ ਲੈ ਕੇ ਆਓ ਤੇ ਹੈਪੀ ਮੂਡ ਕਰਕੇ ਜਾਓ। ਇੱਕ ਭਾਜੀ ਤੁਹਾਨੂੰ ਹੋਰ ਵੱਡਾ ਚੈਲੰਜ ਦੇ ਲੱਗੇ ਆਪਾਂ। ਹਾਂਜੀ ਭਾਜੀ, ਖੋਲੋ ਖੋਲੋ ਵੱਡੇ ਭਾਈ ਸਾੜੀ, ਖੋਲੋ, ਬੜੀ ਪਿਆਰੀ ਆ। ਆ ਲੋ ਜੀ, ਆ ਦੇਖੋ ਭਾਜੀ, 6,500 ਰੁਪਏ ਦੀ ਸਾੜੀ,
ਮੈਂ ਕਿਹਾ ਭਾਜੀ ਐਂਡਲੈਸ ਜੀ ਐਂਡਲੈਸ ਸਾਰਾ ਸਰਬੋਸਕੀ ਵਰਕ ਟੋਟਲੀ ਸਰਬੋਸਕੀ ਵਰਕ ਕੀਤਾ ਹੋਇਆ ਜੀ ਪੂਰੇ ਸ਼ਮਾਏ ਦੇ ਉੱਤੇ ਭਾਜੀ ਮੈਂ ਕਿਹਾ ਐਨ ਦੇਖੋ ਭਾਜੀ ਪੂਰਾ ਡਿਜ਼ਾਈਨਰ ਪੂਰੀ ਕਲਾਕਾਰੀ ਕੀਤੀ ਹੋਈ ਆ ਕਾਰੀਗਰ ਨੇ ਪੂਰੀ ਕਲਾਕਾਰੀ ਹਾਂਜੀ ਤੇ ਭਾਜੀ ਪੀਸ ਦਾ ਰੇਟ ਵੀ ਆਪਾਂ ਤੁਹਾਨੂੰ ਦੇ ਦੇਣਾ ਵਾ 6500 ਓਏ ਹੋਏ ਹੋਏ ਹਾਂਜੀ ਪਰ ਭਾਜੀ ਆਸ਼ੂ ਦੀ ਹੱਟੀ ਤੇ ਪੂਰਾ ਧਮਾਕਾ ਕੀਤਾ ਜਾਵੇਗਾ ਭਾਜੀ ਅੱਧ ਤੋਂ ਵੀ ਅੱਧ ਤੇ ਅੱਧ ਰਿੰਪਲ ਭਾਜੀ 6500 ਵਾਲੀ ਸਾੜੀ ਦੇਣੀ ਪਤਾ ਕਿੰਨੇ ਦੀ ਅੱਜ 900 ਰੁਪਏ ਤੋਂ ਵੀ ਘੱਟ 899 ਰੁਪਏ ਦੀ ਆ ਵਾਲੀ ਭਾਜੀ ਕੱਲਾ ਕੱਪੜਾ ਪਲੇਨ ਦਾ ਰੇਟ ਦੱਸ ਦੇਗੇ ਕਢਾਈ ਦਾ ਭਾਜੀ ਪੂਰੀ ਸਾੜੀ ਦਾ ਤੇ ਵੱਡਾ ਚਾਲੇ ਕਰਦੇ ਨੇ ਭਾਜੀ ਆ ਕੱਲੇ 899 ਦੇ ਵਿੱਚ ਇੱਕ ਆ ਫਲਾਵਰ ਤੇ ਇੱਕ ਆ ਫਲਾਵਰ ਹੀ ਕੱਲਾ ਕਰ ਦੇਵੇ ਕਾਰੀਗਰ ਨਹੀਂ ਨਿਕਲਣਾ ਭਾਜੀ ਨਹੀਂ ਹੈਪੀ ਕਰ ਦੇਵਾਂਗੇ ਹੈਪੀ ਗਿਫਟ ਦੇ ਦੇਵਾਂਗੇ ਗਿਫਟ ਭਾਜੀ ਫੁੱਲ ਧਮਾਕਾ ਕਰਨਾ ਜੀ ਭਾਜੀ 6500 ਵਾਲੀ ਸਾੜੀ ਸਿਰਫ 899 ਰੁਪਏ ਦੀ ਬੰਗਾ ਰੋਡ ਤੇ ਭਾਜੀ ਸਕਰੀਨਸ਼ਾਟ ਲੈ ਕੇ ਆਣਾ ਜ਼ਰੂਰ ਜੀ ਮਿਲਨੇ ਸਕਰੀਨਸ਼ਾਟ ਵਾਲਿਆਂ ਨੂੰ ਹੀ ਆ ਨਹੀਂ ਭਾਜੀ ਕੋਈ ਵੀ ਆ ਸਕਦਾ ਜਿਹੜਾ ਮਰਜ਼ੀ ਆ ਜਾਵੇ ਬੱਚੇ ਤੋਂ ਬੱਚਾ ਵੱਡੇ ਤੋਂ ਵੱਡਾ ਸਾਰਿਆਂ ਲਈ ਇੱਕੋ ਹੀ ਰੇਟ ਆ ਜੀ ਆ ਕਿੰਨੇ ਦੀ ਪਈ ਸਾੜੀ ਭਾਜੀ ਸਾੜੀ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਾਇਓ ਪੂਰਾ ਪਲੇਟਾਂ ਚ ਵਰਕ ਆਊਗਾ ਤੇ ਪੱਲਾ ਪੂਰਾ ਹੈਵੀ ਬਾਰਡਰ ਦੇ ਨਾਲ ਤੇ ਸਾੜੀ ਦਾ ਰੇਟ ਭਾਜੀ ਆ ਦੇਖ ਲੋ ਸਿਰਫ 1163 ਰੁਪਏ ਲੋ ਜੀ 6500 ਵਾਲੀ 5000 ਵਾਲੀ ਸਾੜੀ 1163 ਰੁਪਏ ਦੀ ਰੇਂਜ ਦੇ ਵਿੱਚ ਭਾਜੀ ਕੀ ਕਰੀ ਜਾਂਦੇ ਆ ਭਾਜੀ ਸਾੜੀ ਕਹਿੰਦੇ ਇਹਨੂੰ ਸਾੜੀ ਕਿੰਨੇ ਦੀ 1163 ਦੇ ਵਿੱਚ ਵੀ ਸਾੜੀ ਹੁੰਦੀ ਹੈ ਜੀ 1163 ਰੁਪਏ ਦੇ ਵਿੱਚ ਸਾੜੀ ਜੀ ਆ ਵਾਲੀ ਕਿੰਨੇ ਦੀ 899 ਦੇ ਵਿੱਚ ਕਲਰ ਦੇਖੋ ਦੋ ਕਲਰ ਆ ਜਾਣੇ ਮੈਂ ਕਹਾ ਭਾਜੀ ਐਂਡਲੈਸ ਕਲੈਕਸ਼ਨ ਭਾਜੀ ਆਪਾਂ ਰੇਟ ਇਹ ਨਹੀਂ ਆ ਵੀ ਦੱਸਣਾ ਕੁਛ ਤੇ ਕਰਨਾ ਕੁਛ ਰੇਟ ਪੜਾ ਦੋ ਸਾਡੇ ਭਾਜੀ 899 ਕਿਹਾ ਤੇ 899 ਹੀ ਹੋਊਗਾ ਭਾਜੀ ਲੋ ਭਾਜੀ ਇੱਕ ਹੋਰ ਦੇਖੋ ਭਾਜੀ ਨਵਾਂ ਸ਼ਲੂਫਾ ਤੇ ਨਵੇਂ ਚੈਲੰਜਾਂ ਦੇ ਨਾਲ ਲੋ ਭਾਜੀ ਲੋ ਜੀ ਜਿਓਮੈਟ੍ਰੀਕਲ ਭਾਜੀ ਰੇਟ ਸੁਣ ਕੇ ਜਾਇਓ ਜ਼ਰੂਰ ਸਾੜੀ ਦੇਖੋ ਭਾਜੀ ਸਾਰਾ ਹੀ ਥਰੈਡ ਵਰਕ ਦਾ ਕੰਮ ਕੀਤਾ ਹੋਇਆ ਵਾ ਤੇ ਵਿੱਚ ਸਾਰੀ ਸਰਬੋਸਕੀ ਲੱਗੀ ਹੋਈ ਆ ਭਾਜੀ ਥਰੈਡ ਤੇ ਸਰਬੋਸਕੀ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਅਲਟੀਮੇਟ ਜੀ ਸਾੜੀ ਆ ਜਿਓਮੈਟ੍ਰੀਕਲ ਪ੍ਰਿੰਟਿੰਗ ਸਾਰੀ ਟੋਟਲੀ ਡਿਜੀਟਲ ਤੇ ਰੇਟ ਭਾਜੀ ਇਹਦਾ ਆਇਆ ਵਾ 6590 ਭਾਜੀ ਇਹ ਆਸ਼ੂ ਦੀ ਹੱਟੀ ਆ ਦੇ ਦੇਣਾ ਵਾ ਆਪਾਂ ਸਿਰਫ 1390 ਆਪਾਂ ਸਾੜੀ ਦੇਣੀ ਭਾਜੀ 1390 ਭਾਜੀ 1390 ਤੋਂ ਵੀ ਘੱਟ ਆ ਸਿਰਫ 1390 ਰੁਪਏ ਇਹ ਵਾਲੀ ਭਾਜੀ ਆ ਚੈੱਕ ਕਰਾ ਦੋ ਭਾਜੀ ਲੱਗਾ ਹੋਇਆ ਰੇਟ ਚੈੱਕ ਕਰਾ ਦੋ ਭਾਜੀ ਆ ਲੋ 1390 ਰੁਪਏ ਚ ਜੀ ਜਾਣੀ ਆਸ਼ੂ ਦੀ ਹੱਟੀ ਆ ਰਹਿਣੇ ਭਾਜੀ ਇੱਕ ਕਸਟਮਰ ਨੂੰ ਇਹ ਚੀਜ਼ ਦਿਖਾਤੀ ਆ ਕਿ 1200, 800, 900, 1000 ਇਸ ਰੇਂਜਾਂ ਦੇ ਵਿੱਚ ਵੀ ਸਾੜੀਆਂ ਹੁੰਦੀਆਂ ਆ ਜੀ ਭਾਜੀ ਇੱਥੇ ਲਹਿੰਗਿਆਂ ਦਾ ਹੱਬ ਦਾ ਬਣਿਆ ਸੀ ਤੇ ਭਾਜੀ ਹੁਣਾਂ ਨੇ ਸਾੜੀਆਂ ਦਾ ਵੀ ਹੱਬ ਬਣਾ ਦਿੱਤਾ ਜਿਹੜਾ ਭਾਜੀ ਹਊਆ ਬਣਿਆ ਸੀ ਨਾ ਸਾੜੀ ਇੰਨੀ ਮਹਿੰਗੀ ਸੂਟਾਂ ਨਾਲੋਂ ਸਸਤੀਆਂ ਸਾੜੀਆਂ ਦਿੰਨੇ ਪਏ ਆ ਬੰਗਾ ਰੋਡ ਤੇ ਲੋ ਭਾਜੀ ਪਿਓਰ ਚਨੌਨ ਦੇ ਉੱਤੇ ਭਾਜੀ ਦੇਖੋ ਭਾਜੀ ਭੁਪਿੰਦਰ ਕੌਰ ਜੀ ਕਹਿੰਦੇ ਆਸ਼ੂ ਵੀਰ ਜੀ ਜਗ ਜਗ ਜੀਓ
ਧੰਨਵਾਦ ਜੀ ਤੁਹਾਡਾ ਧੰਨਵਾਦ। ਔਸਮ ਕਲੈਕਸ਼ਨ ਜੀ ਆਸ਼ੂ ਭਾਈ ਨੂੰ ਇੱਡਾ ਵੱਡਾ ਮਾਨ ਦਿੰਦੇ ਆ ਜੀ, ਤੁਹਾਡਾ ਦਿਲੋਂ ਧੰਨਵਾਦ ਆ ਜੀ। ਆਸ਼ੂ ਦੀ ਹੱਟੀ ਦੇ ਵਰਕਰਾਂ ਵੱਲੋਂ ਜੀ ਤੁਹਾਡਾ ਦਿਲੋਂ ਧੰਨਵਾਦ ਆ ਜੀ। ਪ੍ਰਾਈਜ਼ ਸਾਰਿਆਂ ਦਾ ਨਾਲ ਦੀ ਨਾਲ ਦੱਸਦੇ ਪਏ ਜੀ, ਕਹਿੰਦੇ ਔਸਮ ਕਲੈਕਸ਼ਨ, ਧੰਨਵਾਦ ਜੀ ਤੁਹਾਡਾ ਧੰਨਵਾਦ। ਬ੍ਰਾਈਟ ਕਲਰ ਦਿਖਾਓ, ਹਰੇਕ ਤਰ੍ਹਾਂ ਦੇ ਕਲਰ ਡਿਜ਼ਾਈਨ ਦਿਖਾਏ ਜਾਓਗੇ। ਮੈਂ ਕਿਹਾ ਭਾਜੀ ਅਲਟੀਮੇਟ ਸਾੜੀ, ਪ੍ਰਾਈਜ਼ ਵੀ ਭਾਜੀ ਪੂਰਾ ਹੈਪੀ ਮੂਡ ਕੱਢਿਆ ਜਾਵੇਗਾ। ਇਹ ਹੈਗੀ ਭਾਜੀ ਚਨੋਨ ਦੇ ਉੱਪਰ। ਹਾਂਜੀ ਭਾਜੀ ਸਾੜੀ ਦਾ ਪ੍ਰਾਈਜ਼ ਹੈਗਾ ਵਾ 3200। ਆਪਾਂ ਨੀ ਇੰਨੇ ਦੀ ਦੇਣੀ ਬੰਟੇ ਭਾਜੀ, ਸਾੜੀ ਦਾ ਰੇਟ ਨਿਕਲਿਆ ਸੀ 3200 ਤੇ ਰਿੰਪਲ ਭਾਜੀ ਉਹਦਾ ਕਰ ਦਿਓ ਅੱਧ ਭਾਜੀ 1600 ਤੇ 1600 ਦਾ ਵੀ ਅੱਧ ਕਰ ਦਿਓ 800 ਤੋਂ 10 ਰੁਪਏ ਹੋਰ ਘਟਾ ਦੋ 790 ਰੁਪਏ ਦੀ ਸਾੜੀ ਅੱਜ ਤੋਂ ਵੀ ਅੱਧ ਰੇਟ ਤੇ ਭਾਜੀ 790 ਦੇ ਵਿੱਚ ਦਾ ਸੂਟ ਆਂਦੇ ਆ ਭਾਜੀ ਭਾਜੀ 790 ਰੁਪਏ ਚ ਆਸ਼ੂ ਦੀ ਹੱਟੀ ਤੇ ਆਜੋ ਸਾੜੀ ਲੈ ਜਾਓ 790 ਰੁਪਏ ਦੇ ਵਿੱਚ ਸਾੜੀ ਜੀ। ਭਾਜੀ ਏਦਾਂ ਦੀ ਕਲੈਕਸ਼ਨਾਂ ਤੁਹਾਨੂੰ ਸਿਰਫ ਮਿਲੂਗੀਆਂ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੋਂ ਜੀ। ਲੋ ਭਾਜੀ ਇੱਕ ਹੋਰ ਸ਼ਲੂਫਾ ਦੇਖੋ ਭਾਜੀ, ਇੱਕ ਹੋਰ ਸ਼ਲੂਫਾ ਕਿੰਨਾ ਸ਼ਾਨਦਾਰ ਪੀਸ ਬਣ ਕੇ ਆਇਆ, ਬਹੁਤ ਹੀ ਸੋਹਣਾ ਪੀਸ ਬਣ ਕੇ ਆਇਆ, ਟੋਟਲੀ ਹੈਂਡਵਰਕ ਕੀਤਾ ਹੋਇਆ, ਟੋਟਲੀ ਹੈਂਡਵਰਕ, ਸਾਰਾ ਹੈਂਡਵਰਕ ਵੀ ਹੈ ਭਾਜੀ ਔਰ ਸਾਰਾ ਸੀਕੁਐਂਸ ਵਰਕ ਸਿੱਪੀ ਵਰਕ ਦਾ ਦੇਖੋ ਭਾਜੀ ਕਿੰਨਾ ਪਿਆਰਾ ਕੰਮ ਕੱਢਿਆ ਹੋਇਆ ਵਾ। ਭਾਜੀ ਸ਼ਿਵੀ ਭਾਜੀ ਇੱਕ ਸਾੜੀ ਦਿਖਾਇਓ, ਇੱਧਰ ਆਇਓ ਜਰਾ ਕੇ। ਓਏ ਹੋਏ ਹੋਏ ਭਾਜੀ ਬਣ ਕੇ ਦਿਖਾ ਰਹੇ ਆ, ਕਿੰਨਾ ਸ਼ਾਨਦਾਰ ਪੀਸ ਆ, ਪੂਰਾ ਹੈਵੀ ਪੱਲੇ ਦੇ ਨਾਲ ਆ ਭਾਜੀ, ਪੂਰਾ ਹੈਵੀ ਭਾਜੀ, ਪਲੇਟਾਂ ਇੱਕ ਸਾਰ ਪੈਣਗੀਆਂ, ਸਟਿਚਿੰਗ ਕਹੋਗੇ ਸਟਿਚਿੰਗ ਵੀ ਕਰਾ ਦਵਾਂਗੇ, ਇੱਕ ਸਾਰ ਪੈਣਗੀਆਂ ਪਲੇਟਾਂ ਪੂਰੀਆਂ ਹੈਵੀ ਪੱਲੇ ਦੇ ਨਾਲ ਤੇ ਰੇਟ ਭਾਜੀ ਇਹਦਾ ਆਇਆ 8590 ਤੇ ਆਸ਼ੂ ਦੀ ਹੱਟੀ ਦਾ ਰੇਟ ਸੁਣ ਕੇ ਜਾਇਓ ਸਿਰਫ 2626 ਰੁਪਏ ਦੇ ਵਿੱਚ ਜੀ। ਆ ਵਾਲੀ ਸਾੜੀ ਕਰੀ ਜਾਂਦੇ ਰਿੰਪਲ ਭਾਜੀ, ਕੀ ਭਾਜੀ ਪਿਓਰ ਚਨੋਨ ਤੇ ਆ, ਪਿਓਰ ਚਨੋਨ ਤੇ ਭਾਜੀ, ਤੇ ਵਰਕ ਵੀ ਟੋਟਲੀ ਹੈਂਡਵਰਕ ਕੀਤਾ ਹੋਇਆ ਭਾਜੀ, ਫੁੱਲ ਪਿਓਰ ਚਨੋਨ ਦਾ ਦੁਪੱਟਾ ਜਿਹੜਾ 1200-1300 ਦੇ ਵਿੱਚ ਵਿੱਚ ਆਂਦਾ ਜੀ, ਜੇ 1300 ਰੁਪਏ ਦੀ ਪਿਓਰ ਚਨੋਨ ਦੀ ਚੁੰਨੀ ਹੋਵੇ ਤੇ ਦੋ ਚੁੰਨੀਆਂ ਕਿੰਨੇ ਦੀਆਂ ਹੋ ਗਈਆਂ 2600 ਦੀਆਂ ਤੇ ਦੋ ਦੁਪੱਟੇ 2600 ਰੁਪਏ ਦੇ ਹੋ ਗਏ, ਆ ਕਢਾਈ ਕਰਾ ਕੇ ਚਨੌਨ ਦਾ ਕੱਪੜਾ ਲਗਾ ਕੇ 2600 ਦੇ ਵਿੱਚ ਸਾਰੀ ਕੋਈ ਕੱਢ ਦੇਵੇ ਆਸ਼ੂ ਦੀ ਹੱਟੀ ਵੱਲੋਂ ਗਿਫਟ ਦੇ ਦੇਵਾਂਗੇ ਗਿਫਟ। ਆ ਮੋਤੀ ਹੀ ਮੋਤੀ ਜਿਹੜੇ ਆ ਕਾਰੀਗਰ ਨੂੰ ਲਗਾਉਣ ਲਈ ਦੱਸੋ ਘੱਟੋ ਘੱਟ ਨਹੀਂ ਤਾਂ ਹਫਤੇ ਤੋਂ 15 ਦਿਨਾਂ ਦੇ ਵਿੱਚ ਵਿੱਚ ਲੱਗਾ ਹੋਣਾ ਵਾ, ਤੇ ਭਾਜੀ ਆ ਜਿਹੜੇ ਆ ਮੋਤੀ ਨਾ ਗਲੂ ਦੇ ਨਾਲ ਨੀ ਚਿਪਕਾਏ ਜਾਂਦੇ, ਇਹਨਾਂ ਨੂੰ ਪੱਕਾ ਕੰਮ ਕਰਾਈਦਾ, ਲੋਕ ਕਰਾਈਦੇ ਲੋਕ। ਲਓ ਜੀ ਇਹ ਹੁੰਦੇ ਭਾਈ ਓਰੀਜਨਲ ਵਰਕ, ਹਾਂਜੀ ਇਹਨੂੰ ਕਹਿੰਦੇ ਓਰੀਜਨਲ ਵਰਕ ਤੇ ਪੂਰਾ ਹੈਵੀ ਪੱਲੇ ਦੇ ਨਾਲ ਆ ਜੀ 2626 ਰੁਪਏ ਦੇ ਵਿੱਚ ਸਾੜੀ ਜੀ। ਲੋ ਭਾਜੀ ਹੁਣ ਦਿਖਾਈਏ ਤੁਹਾਨੂੰ ਆਪਾਂ ਰੈਡੀਮੇਡ ਪਲਾਜ਼ਾ ਦੇ ਨਾਲ ਭਾਜੀ ਸਾਰੇ, ਹੁਣ ਭਾਜੀ ਰੈਡੀਮੇਡ ਪਲਾਜ਼ਾ ਦੀ ਕਲੈਕਸ਼ਨ ਤੁਹਾਨੂੰ ਦਿਖਾ ਰਹੇ ਹਾਂ। ਰੈਪਲ ਭਾਜੀ ਹੁਣ ਰੈਡੀਮੇਡ ਪਲਾਜ਼ਾ ਦੇ ਨਾਲ ਦਿਖਾ ਰਹੇ ਹਾਂ, ਲੋ ਭਾਜੀ ਰੈਡੀਮੇਡ ਪਲਾਜ਼ਾ ਵਾਲੇ ਖੋਲੋ ਜਰਾ ਰੈਡੀਮੇਡ ਬਲਾਊਜ ਦੇ ਨਾਲ ਜੀ, ਆ ਦੇਖੋ ਸ਼ਿਵੀ ਭਾਜੀ ਸਾੜੀ,
ਓਰੀਜਨਲ ਬਨਾਰਸੀ ਸਾੜੀ ਭਾਜੀ, ਆ ਪੱਟੀ ਨਹੀਂ ਲੱਗੀ ਹੋਈ, ਕਲੋਥ ਤੋਂ ਦਿਖਾ ਦੋ ਸ਼ਿਵੀ ਭਾਜੀ, ਕਢਾਈ ਹੋਈ ਆ ਸਾਰੀ ਕਢਾਈ। ਆ ਜੀ ਲੈਸ ਨਹੀਂ ਲੱਗੀ ਹੋਈ, ਪੈਚ ਵਰਕ ਨਹੀਂ ਕੀਤਾ, ਟੋਟਲੀ ਹੈਂਡ ਵਰਕ ਕੀਤਾ ਹੋਇਆ ਕੰਮ ਹੋਇਆ। ਭਾਜੀ ਬਣੇ ਬਣਾਏ ਨਹੀਂ ਆਂਦੇ, ਕਾਰੀਗਰ ਕਢਾਈ ਦੇ ਨਾਲ ਦੇ ਬਣਾਉਂਦਾ। ਤੇ ਆ ਆ ਗਿਆ ਭਾਜੀ ਬਲਾਊਜ਼, ਤੇ ਇਹਦੇ ਨਾਲ ਭਾਜੀ ਇੱਕ ਬਲਾਊਜ਼ ਨਹੀਂ ਆਣਾ, ਇੱਕ ਬਲਾਊਜ਼ ਆ ਗਿਆ ਰੈਡੀਮੇਡ, ਤੇ ਇੱਕ ਬਲਾਊਜ਼ ਆਣਾ ਨਾਲ ਦਾ ਫੈਬਰਿਕ ਦਾ ਜੀ। ਦੋ ਬਲੋਜਾਂ ਵਾਲੀ ਸਾੜੀ ਰੈਡੀਮੇਡ, ਫਰੰਟ ਬੈਕ ਇੱਕ ਬਲਾਊਜ਼ ਆਣਾ ਜੀ, ਇੱਕ ਬਲਾਊਜ਼ ਆਣਾ ਆ ਵਾਲਾ ਜੀ। ਦੋ ਬਣਾਣੇ, ਦੋ ਬਣਾ ਲੋ। ਤੇ ਸਾੜੀ ਦਾ ਰੇਟ ਵੀ ਭਾਜੀ ਸੁਣ ਕੇ ਜਾਇਓ, ਨਿਕਲਿਆ ਭਾਜੀ ਫਿਰ 2093 ਰੁਪਏ ਰੈਡੀਮੇਡ ਸਾੜੀ। ਹਾਂਜੀ ਸਿਰਫ 2093 ਦੇ ਵਿਚ। ਹਾਂਜੀ ਕਾ ਲੋ ਭਾਜੀ, ਹੋਰ ਨਵਾਂ ਚਲੂਫਾ ਦੇਖੋ। ਲਓ ਜੀ ਇੱਕ ਹੋਰ ਨਵਾਂ ਸ਼ਲੂਫਾ, ਡਿਊਲ ਟੋਨ ਦੇ ਵਿੱਚ ਸਾੜੀ, ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ, ਟੋਟਲੀ ਵਰਕ ਕੀਤਾ ਹੋਇਆ। ਤੇ ਬਲਾਊਜ਼ ਨਹੀਂ ਕਰਾ ਦੋ ਭਾਜੀ, ਬਲਾਊਜ਼ ਪੀਸ ਦੇਖੋ, ਬਲਾਊਜ਼ ਪੀਸ ਦੀਆਂ ਤਾਂ ਕਿਆ ਹੀ ਬਾਤਾਂ ਨੇ ਜੀ, ਕਿਆ ਹੀ ਬਾਤ। ਫਰੰਟ ਪੂਰਾ ਹੈਵੀ ਭਾਜੀ, ਬੈਕ ਪੂਰੀ ਹੈਵੀ। ਤੇ ਭਾਜੀ ਬਾਹਾਂ ਦੇਖੋ ਸਾਰੀਆਂ, ਇਹ ਭਾਜੀ ਮਹਾਰਾਣੀ ਸਟਾਈਲ ਦਾ ਨੈਕ ਆ, ਮਹਾਰਾਣੀ ਸਟਾਈਲ ਨੈਕ ਆ। ਹਾਂਜੀ ਭਾਜੀ ਬਲਾਊਜ਼ ਦੇਖੋ ਕਿੰਨਾ ਸੋਹਣਾ ਰਿੰਪਲ ਭਾਜੀ, ਪੂਰਾ ਹੈਵੀ ਫਰੰਟ ਵੀ ਤੇ ਬੈਕ ਵੀ, ਮਹਾਰਾਣੀ ਸਟਾਈਲ ਨੈਕ ਆ, ਮਹਾਰਾਣੀ ਸਟਾਈਲ। ਭਾਜੀ ਇਹਦਾ ਪ੍ਰਾਈਸ ਕੀ ਕੱਢਿਆ ਆਸ਼ੂ ਦੀ ਹੱਟੀ ਵਾਲਿਆਂ ਨੇ, ਉਹ ਵੀ ਦੱਸ ਦਿਓ ਰਿੰਪਲ ਭਾਜੀ, ਸਾਡੇ ਹਿਸਾਬ ਨਾਲ ਕੀ ਪ੍ਰਾਈਸ ਹੋਣਾ ਚਾਹੀਦਾ ਦਾ। ਭਾਜੀ ਇਹਦਾ 6000 ਤੋਂ 6500 ਦੇ ਵਿੱਚ ਪ੍ਰਾਈਸ ਆ ਜੀ, ਇਹ ਪੀਸ ਰਹਿ ਗਿਆ ਲਾਸਟ 'ਚ ਹੀ, ਤੇ ਆਪਾਂ ਲਾ ਦੇਣੀ ਇੱਥੇ ਵੱਡੀ ਆਫਰ। ਤੁਸੀਂ ਇਹਦਾ ਉਦਾਂ ਇਹਦਾ ਕੀ ਰੇਟ ਆ? ਉਦਾਂ ਭਾਜੀ ਇਹਦਾ ਰੇਟ ਹੈਗਾ 6490 ਰੁਪਏ, ਉਹਦਾ ਅੱਧ ਕਰ ਦਿਓ, ਉਹਦਾ ਅੱਧ ਹੋ ਗਿਆ ਭਾਜੀ 3245 ਰੁਪਏ, 3245 ਰੁਪਏ। ਉਹਦੇ ਵਿੱਚ ਹੋਰ ਕਿੰਨੀ ਲੈਸ ਕਰ ਸਕਦੇ ਉਹਨੇ ਜੋ ਭਾਜੀ? ਆਪਾਂ 1245 ਹੋਰ ਉਡਾ ਦਿਓ। ਹਾਂਜੀ 1245 ਹੋਰ ਉਡਾ ਦਿਓ, ਰਹਿ ਗਿਆ 2000, ਤੇ ਉਹ ਚੋਂ ਹੋਰ ਕਿੰਨੀ ਲੈਸ ਕਰ ਸਕਦੇ ਭਾਜੀ? ਆਪਾਂ ਅੱਜ ਲਾਣੀ ਹੈ ਤੇ ਵੱਡੀ ਆਫਰ, ਹੋਰ ਲੈਸ ਕਿੰਨੀ ਕਰ ਸਕਦੇ ਉਹ ਚ? ਆਪਾਂ ਸਾਰੀ ਦੇਣੀ ਭਾਜੀ ਸਿਰਫ 1095 ਰੁਪਏ, ਇਹ ਚੋਂ ਕਿੰਨੀ ਲੈਸ ਕਰ ਸਕਦੇ ਆ ਭਾਜੀ? ਇਹ ਤੋਂ ਵੱਡੀ ਲੈਸ ਕਿਹੜੀ ਆਉਂਦੀ? 1095 ਦੇ ਵਿੱਚ ਬਲੋਜ ਵੀ ਕੱਢਿਆ, ਸਾੜੀ ਵੀ ਕੱਢੀ ਆ, ਇਹ ਚੋਂ ਹੋਰ ਲੈਸ ਕਰ ਦੋ ਥੋੜੀ ਜਿਹੀ ਦਿਓ ਭਾਜੀ। ਆ ਦੇਖੋ ਪੂਰਾ ਸਾੜੀ ਦੇਣੀ ਸਿਰਫ 250 ਰੁਪਏ ਦੀ, ਆ ਵਾਲੀ ਵੱਡਾ ਚੈਲੰਜ ਕਰ ਦਿੰਦੇ ਆ, ਇਹ ਵੱਡਾ ਚੈਲੰਜ ਜੀ, 2000 ਰੁਪਏ ਦੀ ਵੀ ਸਾੜੀ ਮਿਲ ਜਾਵੇ ਆਚੂ ਦੀ ਹੱਟੀ ਵੱਲੋਂ, ਗਿਫਟ ਦਵਾਂਗਾ ਗਿਫਟ, ਆ ਵਾਲੀ ਸਾੜੀ ਸਿਰਫ 250 ਦੇ ਵਿੱਚ। ਰੈਡੀਮੇਡ ਬਲੌਜ਼ਾ ਦੇ ਨਾਲ ਸਾੜੀ, ਲਓ ਜੀ ਰੈਡੀਮੇਡ ਦੀ ਦੁਨੀਆ ਆਸ਼ੂ ਦੀ ਹੱਟੀ ਦੇ, ਲਓ ਭਾਜੀ ਟਾਲੀਆਂ ਵਰਕ ਵਾਲੀ ਸਾੜੀ, ਟਾਲੀਅਨ ਵਰਕ ਜੀ, ਟਾਲੀਅਨ ਵਰਕ ਇਹ ਜਿਹੜਾ ਕੰਮ ਕੀਤਾ ਹੋਇਆ ਵਿੱਚ, ਟਾਲੀਅਨ ਵਰਕ ਕੀਤਾ ਹੋਇਆ, ਬੈਕ ਕਰ ਦੋ ਇੱਦਾਂ ਰਿੰਪਲ ਭਾਜੀ।
ਭਾਜੀ ਰੇਡੀਮੇਡ ਬਲਾਊਜ਼ ਦੇ ਨਾਲ ਇਹਨੂੰ ਕਹਿੰਦੇ ਬਲੈਕ ਬੈਰੀ, ਬਲੈਕ ਬੈਰੀ ਵਰਕ ਦੇ ਵਿਚ ਹੈ ਜੀ ਸਾਰੀ ਬਲੈਕ ਬੈਰੀ। ਭਾਜੀ ਜਿੱਦਾਂ ਨਾ ਵਰਕ ਕੀਤਾ ਹੋਇਆ ਬਲੈਕ ਦੇ ਵਿੱਚ, ਬਲੈਕ ਵਰਕ, ਇੱਕ ਤਾਂ ਪਹਿਲੋ ਪੀਸ ਬਲੈਕ ਆ, ਉਹ ਤੋਂ ਹੋਰ ਜ਼ਿਆਦਾ ਬਲੈਕ ਵਿੱਚ ਕਢਾਈ ਕੀਤੀ ਹੋਈ ਆ, ਵਰਕ ਕੀਤਾ ਹੋਇਆ ਵਿੱਚ। ਇਹ ਭਾਜੀ ਹੈਗਾ ਟੋਟਲੀ ਇਟਾਲੀਅਨ ਵਰਕ। ਬਹੁਤ ਸ਼ਾਨਦਾਰ ਪੀਸ ਆ ਭਾਜੀ, ਬਲਾਊਜ਼ ਦਾ ਸਟਾਈਲ ਦੇਖਿਓ, ਬੈਲਟ ਦੇ ਨਾਲ ਬਣਾਇਆ, ਬੈਲਟ ਦੇ ਨਾਲ ਕਰ ਦਿਓ ਫਰੰਟ ਭਾਜੀ, ਫਰੰਟ ਵੀ ਔਰ ਇਹਦੀਆਂ ਭਾਜੀ ਬਾਜ਼ੂ ਵੀ ਸਲੀਵਸ ਵੀ ਨਾਲ ਦਿੱਤੇ ਜਾਣਗੇ। ਓਏ ਹੋਏ ਹੋਏ, ਤੇ ਭਾਜੀ ਬੈਲਟ ਵੀ ਨਾਲ ਲੱਗੀ ਆ। ਇਹ ਆ ਗਏ ਨਵੇਂ ਸਟਾਈਲ ਭਾਜੀ, ਬਾਲੀਵੁੱਡ ਦੇ ਵਿੱਚ ਤੁਹਾਨੂੰ ਸਟਾਈਲ ਜਿਹੜੇ ਆ ਮਿਲਨੇ ਆਸ਼ੂ ਦੀ ਹੱਟੀ ਤੋਂ। ਭਾਜੀ ਰੇਟ ਦੇਣਾ ਆਪਾਂ ਸਿਰਫ ਇਹਦਾ 12,305 ਰੁਪਏ। ਲੋ ਭਾਜੀ ਇੱਕ ਭਾਜੀ ਹੋਰ ਸ਼ਲੂਫਾ ਆ ਗਿਆ, ਰਿਪੜ ਭਾਜੀ ਆ ਫੜੀ ਹੋਈ ਰਾ ਉਧਰੋਂ। ਭਾਜੀ ਦੇਖਿਓ ਸਾੜੀ ਭਾਜੀ, ਇਹਨੂੰ ਕਹਿੰਦੇ ਖਿਚੜੀ, ਖਿਚੜੀ ਵਰਕ, ਇਹਨੂੰ ਕਹਿੰਦੇ ਖਿਚੜੀ, ਖਿਚੜੀ ਵਰਕ ਦੇ ਵਿੱਚ ਭਾਜੀ ਟੋਟਲੀ ਵਿੱਚ ਹੈਂਡ ਵਰਕ ਕੀਤਾ, ਟੋਟਲੀ ਹੈਂਡ ਵਰਕ, ਵਾਟਰ ਸਿਕਿਓਰ ਸਾਹਿਬ, ਵਾਟਰ ਸਿਕਿਓਰ। ਤੇ ਆ ਗਿਆ ਬਲਾਊਜ਼ ਭਾਜੀ, ਦੇਖੋ ਕਿੰਨਾ ਪਿਆਰਾ ਕੱਢਿਆ, ਪੂਰਾ ਹੈਵੀ ਬਲਾਊਜ਼ ਜੀ, ਪੂਰਾ ਹੈਵੀ। ਇਹ ਹੈਗੇ ਭਾਜੀ ਬਾਲੀਵੁੱਡ ਡਿਜ਼ਾਈਨ ਪੀਸ, ਫਰੰਟ ਐਂਡ ਬੈਕ ਕਰੀ ਆਸ਼ੂ ਦੀ ਹੱਟੀ ਦੇ ਕਹਿੰਦੇ ਜੇ ਆਸ਼ੂ ਦੀ ਹੱਟੀ ਤੇ ਆ ਕੇ ਨਖਰਾ ਨਾ ਕੀਤਾ ਤਾਂ ਕੀ ਕੀਤਾ। ਪਿਓਰ ਸਿਲਕ ਦੇ ਉੱਪਰ ਜੀ, ਪਿਓਰ ਸਿਲਕ ਦੇ ਉੱਪਰ, ਸਿਲਕ ਦੇ ਉੱਤੇ ਭਾਜੀ ਕੰਮ ਦੇਖੋ ਭਾਜੀ ਕਿੰਨਾ ਪਿਆਰਾ ਕੱਢਿਆ ਭਾਜੀ, ਪੈਨਸਿਲ ਵਰਕ ਸਟਾਈਲ ਆ, ਟੋਟਲੀ ਹੈਂਡ ਵਰਕ ਕੀਤਾ ਹੋਇਆ ਟੋਟਲੀ। ਇਹ ਕਾਰੀਗਰ ਲਾਉਂਦੇ ਰੀਜ ਉੱਪਰ, ਐਨ ਰੀਜ ਲਾ ਦਿੰਦੇ ਆ ਪੀਸਾਂ ਦੇ, ਕਹਿੰਦੇ ਆਸ਼ੂ ਦੀ ਹੱਟੀ ਤੇ ਜਾਣਾ ਭਾਜੀ, ਬਾਰੇ ਬਾਰੇ ਜਾਈਏ ਕਾਰੀਗਰਾਂ ਦੇ। ਭਾਜੀ ਬਲਾਊਜ਼ ਕਿੰਨਾ ਨਾਈਸ ਬਣਾਇਆ ਹੋਇਆ ਜੀ, ਪੂਰਾ ਹੈਵੀ ਬਲਾਊਜ਼ ਤੇ ਬਾਜ਼ੂ ਵੀ ਏਦਾਂ ਹੀ ਪੂਰੀ ਹੈਵੀ, ਫਰੰਟ ਬੈਕ ਕਰ ਦੋ ਭਾਜੀ ਤੇ ਉਦਾਂ ਹੀ ਬੈਕ। ਆਸ਼ੂ ਦੀ ਹੱਟੀ ਦੇ ਮਿਲਣਾ ਇਹ ਸਿਰਫ 13,290 ਰੁਪਏ ਚ, 13,290। ਤੇ ਭਾਜੀ ਇੱਕ ਆਫਰ ਇਹਦੇ ਨਾਲ ਹੋਰ ਆ, ਜੇ ਤੁਹਾਨੂੰ ਇਹ ਪੀਸ ਕਿਤੇ 20,000 ਦਾ ਵੀ ਮਿਲ ਜਾਵੇ, ਜੇ ਆ ਤੁਹਾਨੂੰ ਪੀਸ ਕਿਤੋਂ 20,000 ਦਾ ਵੀ ਮਿਲ ਜਾਵੇ, ਹਾਂਜੀ ਤੇ ਆ ਇੱਦਾਂ ਹੀ ਆਪਾਂ 10 ਪੀਸ ਫ੍ਰੀ ਦੇ ਦੇਣੇ ਭਾਜੀ। ਆਪਾਂ ਸਕਰੀਨਸ਼ਾਟ ਲੈ ਦਿਓ, ਆ ਸਕਰੀਨਸ਼ਾਟ ਲੈ ਲਓ ਭਾਜੀ, ਸਕਰੀਨਸ਼ਾਟ ਲੈ ਲਿਓ, ਦੇ ਦੇਵਾਂਗੇ ਗਿਫਟ, ਜੋ ਚੈਲੰਜ ਤੁਸੀਂ ਕਰਤਾ ਆਪਾਂ ਗਿਫਟ ਕਰ ਦਵਾਂਗੇ, ਇੱਕ ਨਹੀਂ ਦੇਣਾ ਫਿਰ 10 ਪੀਸ ਨਾਲ ਫ੍ਰੀ ਦੇਣੇ ਆ। ਕੋਈ ਨਹੀਂ ਭਾਜੀ 10 ਦੇ ਦੇਵਾਂਗੇ, ਜੇ 20,000 ਦਾ ਵੀ ਕਿਤੋਂ ਮਿਲ ਜਾਵੇ ਭਾਜੀ, ਇੱਕ ਆ ਦੇਖੋ ਭਾਜੀ, ਆ ਰੱਖੋ ਬਿਲ ਡਬਲ ਬੁੱਕ ਅਭੀ, ਖੋਲੋ ਖੋਲੋ ਭਾਜੀ,
ਲਓ ਭਾਜੀ, ਉਹਦੇ ਵਿੱਚ ਹੀ ਆ ਗਿਆ ਯੈਲੋ ਟੋਨ। ਕਿੰਨਾ ਸ਼ਾਨਦਾਰ ਪੀਸ ਆ ਬੋਲੀਵੁੱਡ ਸਟਾਈਲ ਆਰਟੀਕਲ ਆ, ਬੋਲੀਵੁੱਡ ਸਟਾਈਲ ਆਰਟੀਕਲ ਭਾਜੀ। ਬੋਂਬੇ ਦੇ ਵਿੱਚ ਹੁੰਦੇ ਲੈਕਮੀ ਫੈਸ਼ਨ ਵੀਕ ਫੈਨ ਫੈਸਟੀਵਲ, ਉੱਥੇ ਦੇ ਇਹ ਸ਼ੂਟਿੰਗਾਂ ਹੁੰਦੀਆਂ ਉੱਥੇ, ਤੇ ਬਹੁਤ ਵੱਡੇ ਵੱਡੇ ਜਾਣੀ ਕਿ ਦੁਨੀਆਂ ਦੇ ਕੋਨੇ ਕੋਨੇ ਚੋਂ ਨਿਕਲ ਕੇ ਆਏ ਹੁੰਦੇ ਬੰਦੇ ਉੱਥੇ ਭਾਜੀ। ਜਿੱਦਾਂ ਫਰੰਟ ਬਣਿਆ ਤੇ ਉੱਤੇ ਹੀ ਬੈਕ ਬਣਿਆ ਹੋਇਆ ਜੀ, ਇਹ ਹੈਗਾ ਟੋਟਲੀ ਹੈਂਡ ਵਰਕ ਭਾਜੀ। ਕਸਟਮਰ ਆਂਦੇ ਫੋਟੋ ਲੈ ਕੇ, ਭਾਜੀ ਸਾਨੂੰ ਪੀਸ ਚਾਹੀਦਾ ਆਹ ਵਾਲਾ। ਤੇ ਫੋਟੋ ਦਿਖਾ ਦੇ ਭਾਜੀ, ਪੀਸ ਵੇਚਿਆ ਤੇ ਕੀ ਵੇਚਿਆ ਭਾਜੀ? ਜਦੋਂ ਉਹਨਾਂ ਦੇ ਮੂਹਰੇ ਪੀਸ ਕੱਢ ਕੇ ਰੱਖ ਦੇਈਦਾ ਵਾ ਤੇ ਨਾਲੇ ਗਾ ਕੇ ਹੈਪੀ ਮੂਡ ਹੋ ਜਾਂਦਾ ਵਾ ਭਾਜੀ। ਕਿੰਨੀ ਦੇਰ ਦਾ ਅੱਖਾਂ ਵਿੱਚ ਚੜਨ ਡਿਆ ਆਹ ਪੀਸ ਭਾਜੀ। ਭਾਜੀ ਇਹਦਾ ਨਾਮ ਹੈਗਾ ਯੈਲੋ, ਤੇ ਇਹਨੂੰ ਜਲਦੀ ਜਲਦੀ ਆ ਕੇ ਲੈ ਲੋ। ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ, ਟੋਟਲ ਹੈਂਡ ਵਰਕ। ਤੇ ਤੁਹਾਨੂੰ ਆ ਵਿੱਚੋਂ ਲੱਗਦੀ ਆ ਪਲੇਨ ਸਾੜੀ, ਤੇ ਆ ਹੈਗਾ ਹੈਂਡ ਵਰਕ ਸਾਰਾ ਹੀ। ਤੇ ਭਾਜੀ ਬਲਾਊਜ਼ ਇੰਨਾ ਕ ਨਾਈਸ ਬਣਿਆ ਹੋਇਆ ਨਾ, ਲੋ ਜੀ ਯੈਲੋ ਦੇ ਉੱਪਰ ਵਾਈਟ ਵਰਕ ਕੀਤਾ ਹੋਇਆ, ਵਾਈਟ ਵਰਕ ਤੇ ਹੈਵੀ ਭਾਜੀ, ਬਾਜੂ ਉਦਾਂ ਹੀ ਆ ਜਾਣੀ। ਲੋ ਜੀ ਬਾਜੂ ਪੂਰੀ ਹੈਵੀ, ਐਂਡ ਬੈਕ ਕਰਿਓ ਭਾਜੀ, ਫਰੰਟ ਤੇ ਬੈਕ ਜੀ ਸੇਮ ਟੂ ਸੇਮ। ਤੇ ਇਹਦਾ ਰੇਟ ਆਪਣਾ ਭਾਜੀ ਕੀ ਦੇਣਾ ਜੀ? ਰੇਟ ਇਹਦਾ ਹੈਗਾ ਵਾ 35,000। ਤੇ ਆਸ਼ੂ ਦੀ ਹੱਟੀ ਦੇ ਕੀ ਮਿਲੂਗਾ ਭਾਜੀ? ਆਸ਼ੂ ਦੀ ਹੱਟੀ ਤੇ ਆਪਾਂ ਤੁਹਾਨੂੰ ਦੇ ਦੇਵਾਂਗੇ ਸਿਰਫ 13,757 ਰੁਪਏ ਚ ਜੀ। ਲੋ ਜੀ 13,757 ਰੁਪਏ ਦੇ ਵਿਚ। ਤੇ ਤੁਹਾਨੂੰ ਲੱਗਦਾ ਹੋਊਗਾ ਕੀ ਆਹ ਬਲਾਊਜ਼ ਹੈਵੀ ਆ, ਤੇ ਸਾੜੀ ਤੇ ਤਾਂ ਕੱਲਾ ਬਾਰਡਰ ਹੀ ਚੱਲਿਆ, ਵਿਚੋਂ ਤਾਂ ਸਾਰੀ ਪਲੇਨ ਆ, ਤੇ ਇਹਨੂੰ 13,000 ਦਾ ਲੱਗਾ ਕੀ ਹੋਊਗਾ? ਤੇ ਵੱਡਾ ਚੈਲੰਜ ਅੱਜ ਲੱਗਿਆ ਕਰਨ, ਜੇ ਤੁਹਾਨੂੰ ਕੱਲਾ ਬਲੋਜ ਹੀ 10-12,000 ਦੇ ਵਿੱਚ ਕਾਰੀਗਰ ਤਿਆਰ ਕਰ ਦੇਵੇ, ਤੇ ਸਾਰੇ ਆਸ਼ੂ ਦੀ ਹੱਟੀ ਵੱਲੋਂ ਗਿਫਟ ਦੇਵਾਂਗੇ ਗਿਫਟ। ਲੋ ਭਾਜੀ ਇੱਕ ਹੋਰ ਸ਼ਲੂਫਾ ਦੇਖੋ, ਲੋ ਜੀ ਓਰਿਜਿਨਲ ਬੇਸ ਦੇ ਉੱਤੇ ਭਾਜੀ। ਲੋ ਜੀ ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ ਆ ਦੇਖੋ, ਸਾਰਾ ਹੀ ਹੈਂਡ ਵਰਕ ਆ ਜੀ। 6.5 ਮੀਟਰ ਦੀ ਬੇਲ ਚੱਲੀ ਆ ਪੂਰੀ ਸਾੜੀ ਦੇ ਉੱਤੇ, 6.5 ਮੀਟਰ ਦੀ ਬੇਲ। ਤੇ ਬਲਾਊਜ਼ ਆਣਾ ਇਹਦਾ ਆਣਾ ਰੈਡੀਮੇਡ, ਰੈਡੀਮੇਡ ਬਲਾਊਜ਼, ਬਲਾਊਜ਼ ਵੀ ਨੰਬਰ 1। ਲੋ ਜੀ ਕੰਬੀਨੇਸ਼ਨ ਬਲਾਊਜ਼ ਦੇ ਨਾਲ ਜੀ, ਸਾੜੀ ਦਾ ਕਲਰ ਹੈਗਾ ਜੀ ਐਕੁਆ ਗ੍ਰੀਨ ਕਲਰ, ਤੇ ਬਲਾਊਜ਼ ਆ ਗਿਆ ਪਰਪਲ ਕਲਰ ਦੇ ਨਾਲ ਜੀ। ਆਸ਼ੂ ਦੀ ਹੱਟੀ ਤੇ ਤੁਹਾਨੂੰ ਮਿਲ ਜਾਏਗਾ ਸਿਰਫ 12,799 ਰੁਪਏ ਚ ਜੀ। ਲੋ ਜੀ 12,799 ਰੁਪਏ ਦੇ ਵਿਚ ਸਾੜੀ ਆ ਜੀ ਰੈਡੀਮੇਡ ਬਲਾਊਜ਼ ਦੇ ਨਾਲ, ਤੇ ਸਾੜੀ ਦੇ ਕੱਲੇ ਚਾਰੋਂ ਪਾਸੇ ਬਾਰਡਰ ਆਣਾ ਤੇ ਰੈਡੀਮੇਡ ਆਣਾ ਬਲਾਊਜ਼। ਬਹੁਤ ਹੀ ਵਧੀਆ ਆਰਟੀਕਲ ਆ ਜੀ ਆਹ ਵਾਲੇ।
ਤੇ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹੂੰਗਾ ਜੀ, ਤੁਹਾਨੂੰ ਲੱਗਦੀ ਹੋਊਗੀ ਕਿ ਸਾੜੀ ਵਿੱਚੋਂ ਸਾਰੀ ਪਲੇਨ ਆ ਤੇ ਚਾਰੋਂ ਪਾਸੇ ਬਾਰਡਰ ਆ ਤੇ ਆ ਕੱਲਾ ਬਲਾਊਜ ਹੀ ਹੈਵੀ ਆ ਤੇ ਇਹਨੂੰ 12-13 ਹਜ਼ਾਰ ਦਾ ਲੱਗਾ ਕੀ ਹੋਊਗਾ। ਵੱਡੇ ਚੈਲੇਂਜ ਦੇ ਨਾਲ ਤੁਹਾਨੂੰ ਕਹਿ ਦਿੰਦੇ ਆ ਕਿ ਆ ਬਲਾਊਜ ਹੀ ਕੱਲਾ ਤੇ ਆਹ ਵਾਲਾ ਬਾਰਡਰ ਸਾੜੀ ਦਾ 12-13 ਹਜ਼ਾਰ ਦੇ ਵਿੱਚ ਕੱਲੀ ਕਢਾਈ ਕਰ ਦੇਵੇ, ਸਾੜੀ ਆਸ਼ੂ ਦੀ ਹੱਟੀ ਵੱਲੋਂ ਗਿਫਟ ਦੇ ਦੇਵਾਂਗੇ ਗਿਫਟ। ਉਹ ਭਾਜੀ ਉਹ ਸੀਗਾ ਵਿੱਚੋਂ ਪਲੇਨ ਤੇ ਇਹਦੇ ਵਿੱਚ ਆ ਗਈ ਭਾਜੀ ਥੋੜੀ ਥੋੜੀ ਕਢਾਈ। ਲੋ ਜੀ ਚਾਰੋ ਪਾਸੇ ਹੈਂਡ ਵਰਕ ਦੇ ਨਾਲ ਆ ਜੀ, ਹੈਂਡ ਵਰਕ ਦੇ ਨਾਲ ਪਲਸ ਦਾ ਕੰਮ ਕੀਤਾ ਪਿਆ ਵਾ, ਸਾਰਾ ਪਲਸ ਵਰਕ। ਲੋ ਜੀ ਚਾਰੋ ਪਾਸੇ ਬਾਰਡਰ ਆ ਜੀ ਪਲਸ ਦਾ ਤੇ ਨਾਲ ਆ ਗਏ ਜਰਕਨ, ਜਰਕਨ ਦੇ ਨਾਲ ਆ ਗਿਆ ਪਲਸ ਦਾ ਕੰਮ, ਚਾਰੋ ਪਾਸੇ ਬਾਰਡਰ ਆ ਜੀ ਚਾਰੋ ਪਾਸੇ। ਇਹਦਾ ਬਲਾਊਜ਼ ਪੀਸ ਸਾਰਾ ਹੀ ਹੈਂਡ ਵਰਕ ਦੇ ਨਾਲ ਆ ਜੀ, ਹੈਂਡ ਵਰਕ ਸਾਰਾ ਬਲਾਊਜ਼ ਪੀਸ ਦੇਖੋ, ਇਹਨੂੰ ਕਹਿੰਦੇ ਆ ਵਾਓ। ਆ ਦੇਖੋ ਜੀ ਸ਼ੈਂਪੀਅਨ ਗੋਲਡ ਕਲਰ ਆ ਜੀ, ਸ਼ੈਂਪੀਅਨ ਗੋਲਡ ਬਲਾਊਜ਼ ਦਾ ਫਰੰਟ ਤੇ ਬੈਕ ਬੜੇ ਹੀ ਪਿਆਰੇ ਆ ਜੀ, ਤੇ ਬਾਜੂ ਦੇਖੋ ਜੀ ਵਾਓ ਆ ਜੀ ਵਾਓ ਜੀ, ਸਾਰਾ ਪਲਸ ਦਾ ਕੰਮ ਆ ਦੇਖੋ। ਲੋ ਜੀ ਬਲਾਊਜ਼ ਪੀਸ ਤੇ ਵੀ ਸਾਰਾ ਪਲਸ ਦਾ ਕੰਮ ਕੀਤਾ ਹੋਇਆ ਵਾ, ਬਲਾਊਜ਼ ਵੀ ਬੜਾ ਸਾਰਾ ਹੀ ਪਲਸ ਦੇ ਕੰਮ ਦੇ ਵਿੱਚ ਆ ਜੀ, ਬਲਾਊਜ਼ ਰੈਡੀਮੇਡ ਬਲਾਊਜ਼ ਦੇ ਨਾਲ ਭਾਜੀ ਫਰੰਟ ਔਰ ਬੈਕ ਦੋਨੋਂ ਇਦਾਂ ਹੀ ਕੱਢੀਆਂ ਹੋਈਆਂ ਤੇ ਰੇਟ ਹੋਣਾ ਭਾਜੀ ਇਹਦਾ 25-26 ਹਜ਼ਾਰ। ਭਾਜੀ 25-26 ਹਜ਼ਾਰ ਤੋਂ ਵੀ ਆਪਾਂ ਘੱਟ ਦੇ ਦੇਣੀ ਆ ਆਸ਼ੂ ਦੀ ਹੱਟੀ ਤੇ। ਇੱਥੇ ਕੀ ਰੇਟ ਮਿਲੂਗਾ ਜੀ? ਇੱਥੇ ਭਾਜੀ ਤੁਹਾਨੂੰ ਰੇਟ ਦੇ ਦੇਵਾਂਗੇ 15,592 ਰੁਪਏ ਚ ਜੀ। ਲੋ ਜੀ 15,592 ਰੁਪਏ ਦੇ ਵਿੱਚ ਰੈਡੀਮੇਡ ਬਲਾਊਜ਼ ਦੇ ਨਾਲ ਜੀ, ਹਾਂਜੀ ਬਾਲੀਵੁੱਡ ਦੀ ਨਗਰੀਆਂ ਦੀਆਂ ਸਾੜੀਆਂ ਆਸ਼ੂ ਦੀ ਹੱਟੀ ਤੇ। ਲੋ ਭਾਜੀ ਆ ਗਿਆ ਡਿਜੀਟਲ ਦੇ ਉੱਤੇ, ਲੋ ਭਾਜੀ ਕਸਟਮਰ ਕਹਿੰਦਾ ਸਾਨੂੰ ਚਾਹੀਦੀ ਹੈ ਡਿਜੀਟਲ ਪ੍ਰਿੰਟਿੰਗ ਸਾੜੀ ਹੋਵੇ ਲੁੱਕ ਦੇ ਵਿੱਚ। ਭਾਜੀ ਸਾੜੀ ਦੇਖੋ ਡਿਜੀਟਲ, ਭਾਜੀ ਇਹ ਹੈਗੀ ਟੋਟਲੀ ਡਿਜੀਟਲ, ਇਹ ਕਾਰੀਗਰ ਨੂੰ ਭਾਜੀ ਕਰਨ ਲੱਗੇ ਨਾ ਉੱਪਰ ਵਰਕ ਟੋਟਲੀ ਭਾਜੀ ਇਟਾਲੀਅਨ ਵਰਕ ਕੀਤਾ, ਟੋਟਲੀ ਇਟਾਲੀਅਨ ਵਰਕ। ਰਿੰਪਲ ਭਾਜੀ ਕਿਹੜਾ ਵਰਕ ਕੀਤਾ ਹੋਇਆ ਉੱਪਰ? ਭਾਜੀ ਇਹਨੂੰ ਕਹਿੰਦੇ ਇਟਾਲੀਅਨ ਭਾਜੀ, ਨਕਸ਼ੀ ਦਾ ਕੰਮ ਆ ਸਾਰਾ ਨਕਸ਼ੀ ਦਾ, ਇਹ ਕੱਲਾ ਕੱਲਾ ਟਾਂਕਾ ਹੱਥ ਨਾਲ ਲੱਗਾ, ਕੱਲਾ ਕੱਲਾ ਟਾਂਕਾ, ਕੱਲਾ ਕੱਲਾ ਹੱਥ ਨਾਲ ਲੱਗਾ ਹੋਇਆ ਸਟੋਨ ਵਰਕ। ਤੇ ਭਾਜੀ ਪ੍ਰਿੰਟ ਦੇ ਉੱਤੇ ਵੀ ਵਰਕ ਆਊਗਾ ਥੋੜਾ, ਪ੍ਰਿੰਟ ਦੇ ਉੱਪਰ ਹਲਕਾ ਹਲਕਾ ਹਾਈਲਾਈਟ ਕੀਤਾ ਹੋਇਆ ਜੀ। ਬਲਾਊਜ਼ ਦੇਖਿਓ ਭਾਜੀ, ਐਂਡਲੈਸ ਪੀਸ ਆ, ਐਂਡਲੈਸ ਭਾਜੀ ਇਹਨੂੰ ਕਹਿੰਦੇ ਬਾਲੀਵੁੱਡ ਦੀ ਨਗਰੀ। ਇਹ ਆ ਜੀ ਤੋਹਫੇ ਆਸ਼ੂ ਦੀ ਹੱਟੀ ਤੇ, ਬੈਕ ਪਲੇਨ ਆ ਭਾਜੀ ਇਹਦੀ, ਭਾਜੀ ਨਹੀਂ ਬੈਕ ਵੀ ਭਾਰੀ, ਮੈਗਾ ਪੂਰੀ ਮੈਗਾ ਭਾਜੀ ਪੂਰੀ ਹੈਵੀ, ਭਾਜੀ ਫਰੰਟ ਔਰ ਬੈਕ ਦੋਨੋਂ ਹੈਵੀ ਸੇਮ ਟੂ ਸੇਮ। ਹਾਂਜੀ ਭਾਜੀ ਆਸ਼ੂ ਦੀ ਹੱਟੀ ਤੇ ਰੇਟ ਨਿਕਲਿਆ ਸਿਰਫ ਤੋਂ ਸਿਰਫ 21,590, ਸਿਰਫ 21,590। ਤੇ ਤੁਸੀਂ ਭਾਜੀ ਹੁਣ ਸੋਚਦੇ ਹੋਗੇ ਕਿ ਆ ਪ੍ਰਿੰਟ ਫੈਬਰਿਕ ਆ, ਇਹਨੂੰ 21,000 ਦਾ ਲੱਗਾ ਕੀ ਹੋਊਗਾ? ਭਾਜੀ ਆ ਕੱਲਾ ਕੱਪੜਾ ਜਿਹੜਾ ਲੱਗਾ ਨਾ ਇਹ 2,000 ਰੁਪਏ ਮੀਟਰ ਆ, 2,000 ਰੁਪਏ ਮੀਟਰ ਤੇ ਕੱਲਾ ਕੱਪੜਾ ਹੀ, ਸਾਨੂੰ 10-12 ਹਜ਼ਾਰ ਰੁਪਏ ਦਾ ਕੱਪੜਾ ਹੀ ਕੱਲਾ ਲਿਆ ਦਿਓ ਪਲੇਨ, ਤੇ ਤਾਂ ਵੀ ਆਸ਼ੂ ਦੀ ਹੱਟੀ ਵੱਲੋਂ ਸਾੜੀ ਗਿਫਟ ਦੇ ਦੇਵਾਂਗੇ ਗਿਫਟ। ਲਓ ਜੀ ਵੱਡੇ ਚੈਲੰਜ ਤੇ ਵੱਡੀਆਂ ਆਫਰਾਂ ਲੱਗਦੀਆਂ ਜੀ, ਜੇ ਤੁਸੀਂ 10,000 ਦੇ ਵਿੱਚ ਕੱਲਾ ਫੈਬਰਿਕ ਲਿਆਣਾ, ਕੱਲਾ ਆਹ ਵਾਲਾ ਫੈਬਰਿਕ ਸਾੜੀ ਦਾ ਬਲਾਊਜ਼ ਨੀ, ਕੱਲਾ ਹੈਵੀ ਆਹ ਵਾਲਾ ਫੈਬਰਿਕ ਸਾੜੀ ਦਾ, ਵਰਕ ਵੀ ਸਾਡਾ ਤੇ ਬਲਾਊਜ਼ ਵੀ ਸਾਡਾ ਟੋਪ,
ਪੂਰਾ ਵਰਕ ਸਾਡਾ। 10,000 ਦੇ ਵਿੱਚ ਤੁਸੀਂ ਫੈਬਰਿਕ ਵੀ ਲਿਆ ਤਾ ਤੇ ਤਾਂ ਵੀ ਸਾੜੀ ਗਿਫਟ ਗਿਫਟ ਭਾਜੀ ਡਿਜੀਟਲ ਜਰਕਨ ਤੇ ਓਰਿਜਿਨਲ ਪੀਸ ਚਨੌਨ ਦੇ ਉੱਤੇ ਭਾਜੀ ਵਰਕ ਕਿੰਨਾ ਸ਼ਾਨਦਾਰ ਕੀਤਾ ਹੋਇਆ, ਕਿੰਨਾ ਸ਼ਾਨਦਾਰ ਪੈਨਸਲ ਬਾਰਡਰ ਸਟਾਈਲ ਲਾਉਂਗੀ ਆ, ਲੈਸ ਲੱਗੀ ਆ ਨਹੀਂ ਜੀ, ਸਾਰੀ ਭਾਜੀ ਕਢਾਈ ਕੀਤੀ ਆ, ਕਢਾਈ ਇਹ ਸਾਰੀ ਕਢਾਈ ਕੀਤੀ ਹੋਈ ਆ ਤੇ ਪਿੱਛੇ ਕੀਤੀ ਹੋਈ ਆ ਪੇਸਟਿੰਗ। ਭਾਜੀ ਆ ਪੀਸ ਸਾਡੇ ਕੋ ਰੁਕਣ ਦਾ ਨਾਮ ਨੀ ਲੈਂਦੇ, ਜਿੰਨੇ ਪੀਸ ਆਂਦੇ ਓਨੇ ਹੀ ਬੁੱਕ, ਜਿੰਨੇ ਆਂਦੇ ਓਨੇ ਹੀ ਬੁੱਕ। ਭਾਜੀ ਬੰਨ ਕੇ ਦਿਖਾ ਦਈਏ, ਲਾ ਦੋ ਇਦਾਂ ਭਾਜੀ ਆਹ ਵਾਲੀ ਜਿਹੜੀ ਸਾੜੀ ਆ ਸ਼ਿਵੀ ਭਾਜੀ, ਇਹਦੇ ਵਿੱਚ ਤੁਹਾਨੂੰ ਡਰੈਸ ਵੀ ਮਿਲ ਜੂਗੀ ਕਿਰਾਈਏ, ਇਹਦੇ ਵਿੱਚ ਲਹਿੰਗਾ ਵੀ ਮਿਲ ਜੂਗਾ, ਡਰੈਸ ਵੀ ਤੇ ਲਹਿੰਗਾ ਵੀ। ਜੇ ਇਹ ਭਾਜੀ 10 ਪੀਸ ਆਉਂਦੇ ਨਾ ਤੇ 20 ਪੀਸਾਂ ਦਾ 30 ਪੀਸਾਂ ਦਾ ਸਾਡੀ ਬੁਕਿੰਗ ਹੀ ਹੁੰਦੀ ਆ ਭਾਜੀ, ਪਹਿਲੇ ਬੁਕਿੰਗ ਦੇ ਜਿਹੜੇ ਹੁੰਦੇ ਪੀਸ। ਇਹ ਸਾਰਾ ਹੈਂਡ ਵਰਕ ਕੀਤਾ ਹੋਇਆ, ਸਾਰਾ ਇਕੱਲਾ ਇਕੱਲਾ ਕੰਮ ਹੱਥ ਨਾਲ ਕੀਤਾ ਹੋਇਆ। ਇਹ ਭਾਜੀ ਹੈਗੀ ਸਾਰੀ ਸਿਨਰੀ ਭਾਜੀ, ਅੱਜ ਕੈਨੇਡਾ ਸਰੀ ਭੇਜਣੇ ਪੀਸ ਇਹਦੇ ਨਾਲ ਦੇ, 3 ਪੀਸ ਬੁਕਿੰਗ ਹੋਏ ਆ ਕੈਨੇਡਾ ਸਰੀ ਦੇ ਵਿੱਚ, ਐਮਾਜ਼ਾਨ ਇਹਨੂੰ ਕਹਿੰਦੇ ਐਮਾਜ਼ਾਨ ਤੇ ਬਲਾਊਜ਼ ਨਿਕਾਹ ਕਰਾ ਦੋ ਭਾਜੀ। ਭਾਜੀ ਬਲਾਊਜ਼ ਵੈਰੀ ਨਾਈਸ ਆ ਭਾਜੀ, ਇਹਦੇ ਫਰੰਟ ਤੇ ਬੈਕ ਕਰਾ ਦੋ ਤੇ ਭਾਜੀ ਬੈਕ ਸਿੰਪਲ ਜਿਹਾ ਬਾਰਡਰ। ਚਲੋ ਦੋ ਭਾਜੀ, ਇੱਕ ਆ ਗਿਆ ਡਿਜੀਟਲ, ਡਿਜੀਟਲ ਦਾ ਭਾਜੀ ਬਹੁਤ ਟ੍ਰੈਂਡ ਆ, ਬਹੁਤ ਜ਼ਿਆਦਾ ਟ੍ਰੈਂਡ ਆ ਡਿਜੀਟਲ ਦਾ ਭਾਜੀ, ਜਿੰਨਾ ਲੈ ਆਈਏ ਓਨਾ ਥੋੜਾ ਆ ਜੀ। ਥੋੜੀ ਜੀ ਲਈਏ ਇਜਾਜ਼ਤ, ਜੇ ਸਾਨੂੰ ਟਾਈਮ ਲੱਗਾ ਤੇ ਆਪਾਂ ਥੋੜੀ ਦੇਰ ਬਾਅਦ ਫੇਰ ਲਾਈਵ ਹੋਵਾਂਗੇ ਕੋਟਨ ਦੀ ਦੁਨੀਆ ਲੈ ਗਏ ਜੀ। ਬੰਟੇ ਭਾਜੀ ਲਾਸਟ ਪੀਸ ਆ ਖੋਲ ਦੋ, ਸਲਿੱਪਰ ਭਾਜੀ ਲਾਸਟ ਖੋਲਣਾ ਇੱਕ ਪੀਸ, ਕੋਈ ਨੀ ਭਾਜੀ ਦਿਖਾ ਦਿਓ ਭਾਜੀ, ਇਹ ਕਸਟਮਰ ਉੱਧਰ ਆ ਗਏ ਭਾਜੀ, ਰਸ਼ ਬਹੁਤ ਜ਼ਿਆਦਾ ਪੈ ਗਿਆ ਆ ਪੀਸ ਦਾ ਭਾਜੀ, ਭਾਜੀ ਇਹ ਤਾਂ ਭਾਜੀ ਮੈਂ ਕਹਾ ਰੂਹ ਖੁਸ਼ ਕਰਨ ਵਾਲਾ ਪੀਸ ਆ, ਕਿੰਨੀ ਦੇਰ ਦੀ ਨਿਗਾਹ ਜਾਂਦੀ ਪਈ ਸੀ ਇੱਥੇ ਭਾਜੀ, ਸਾਰਾ ਹੀ ਪਲਸ ਦਾ ਕੰਮ ਆ, ਲੋ ਰਿੰਪਲ ਭਾਜੀ, ਭਾਜੀ ਇਹਨੂੰ ਕਹਿੰਦੇ ਸ਼ੈਂਡਲੇ, ਇਹਨੂੰ ਕਹਿੰਦੇ ਜੀ ਸ਼ੈਂਡਲੇ, ਇਹ ਪੀਸ ਦਾ ਨਾਮ ਹੈਗਾ ਸ਼ੈਂਡਲੇ ਭਾਜੀ, ਪੂਰਾ ਹੈਂਡ ਵਰਕ ਕੀਤਾ, ਟੋਟਲੀ ਹੱਥ ਦਾ ਕੰਮ ਕੀਤਾ ਹੋਇਆ ਤੇ ਬਲਾਊਜ਼ ਭਾਜੀ ਬਹੁਤ ਨਾਈਸ ਆ, ਜਿੱਦਾਂ ਫਰੰਟ ਤੇ ਬੈਕ ਨਿਗਾਹ ਕਰਾ ਦੋ, ਇਹਨੂੰ ਕਹਿੰਦੇ ਭਾਜੀ ਬਾਲੀਵੁੱਡ ਦੀ ਨਗਰੀ, ਪੂਰੀ ਹੈਵੀ ਬਾਜ਼ੂ ਤੇ ਫਰੰਟ ਬੈਕ ਸੇਮ ਟੂ ਸੇਮ ਭਾਜੀ, 43,899 ਰੁਪਏ ਰੇਟ ਸੀਗਾ ਜੀ, ਹੈਗਾ ਭਾਜੀ ਭਾਜੀ ਆਜੂ ਦੀ ਹੱਟੀ ਤੇ ਆਪਾਂ ਦੇ ਦੇਣਾਵਾ ਸਿਰਫ 9,909 ਰੁਪਏ ਚ, 9,909 ਰੁਪਏ ਦੇ ਵਿੱਚ। ਹਾਂਜੀ ਆਹ ਵਾਲਾ ਪੀਸ ਤੁਹਾਡਾ ਆਪਣਾ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ, ਆਜੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ।